ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਤੁਸੀਂ ਪ੍ਰਾਈਮੇਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਅੱਜ ਦਿਵਾਲੀ ਦੇ ਹਲਕੇ ਹਲਕੇ ਪਟਾਕਿਆਂ ਦੇ ਨਾਲ ਦਿਵਾਲੀ ਦੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਸਿਆਸੀ ਤੌਰ ਦੇ ਉੱਤੇ ਜਿਹੜੀਆਂ ਉਹ ਸ਼ੁਰਲੀਆਂ ਚੱਲਦੀਆਂ ਨੇ ਉਧਰਲੇ ਪਾਸੇ ਨੂੰ ਫੁੱਲਚੜੀਆਂ ਵੱਲੋਂ ਜਿਹੜਾ ਉਤਰਾਂਗੇ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸੰਧਾਲੀਆ ਸਾਹਿਬ ਨੂੰ ਨਾਲ ਲੈਨੇ ਆ ਸੰਧਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਲੰਘੋ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਬੜਾ ਧੰਨਵਾਦ ਮਾਰਾਏ ਤੁਸੀਂ ਜਿਹੜਾ ਨਾਲ ਜੋੜ ਲਿਨੇ ਹੋ ਇਹ ਜਿਹੜਾ ਦਿਵਾਲੀ ਵਾਲਾ ਕੰਮ ਆ ਨਾ ਜੀ ਇਹ ਇਹ ਗੱਲ ਕਿ ਨਾ ਜ਼ਿਆਦਾ ਕਨਫਿਊਜ਼ਨ ਵਾਲਾ ਵੀ ਸਮਝੋ ਬਾਹਰ ਹੋਇਆ ਤਾਂ ਹੁਣ ਜੇ ਵੇਖਿਆ ਜਾਵੇ ਤੇ ਕੋਈ ਕਹਿੰਦਾ ਜੀ 31 ਦੀ ਇਧਰ ਪੰਜਾਬ ਵਾਲੇ ਪਾਸੇ 31 ਵਾਲਾ ਕੰਮ ਨੇ ਬੜ ਗਿਆ ਕੋਈ ਕਹਿੰਦੇ ਨੇ ਜੀ ਇੱਕ ਦੀ ਹੁਣ ਇਕਲ ਹੀ ਦੀਵਾਲੀ ਵੀ ਚੱਲੀ ਜਾਂਦੀ ਹੈ ਉਹਦੇ ਵਿੱਚ ਵਿਚਾਲਿਆ ਕੈਨੇਡਾ ਕੂਡਾ ਵਾਲੇ ਪਾਸੇ ਨੂੰ ਉਹ ਕਹਿੰਦੇ ਯਾਰ ਅੱਛਾ ਦੋ ਦਿਨ ਦੀ ਆ ਫਿਰ ਉਸ ਹਰ ਉਹਦੇ ਆਪਣੇ ਤਿੰਨ ਦਿਨ ਬਣ ਜਾਣੇ ਕਿਉਂਕਿ ਆਪਣਾ ਤੇ ਦੇਣੀ ਮਗਰੋਂ ਚੜਦਾ ਉਹਨਾਂ ਨੇ ਹੁਣ ਸਮਝ ਨਹੀਂ ਆ ਰਹੀ ਵੀ ਸੱਚ ਕੀ ਦੇ ਝੂਠ ਕੀ ਇਹ ਗੱਲ ਠੀਕ ਹੈ ਸੰਧਾਲੀਆ ਸਭ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਅ ਦੋ ਦਿਨ ਇੱਕ ਤਾਂ ਅੱਜ ਦੀ ਰਾਤ ਜਿਹੜਾ ਉੱਚਾ ਲਗਿਆ ਕੰਮ ਜਿਹੜੀ ਲੰਗੀ ਰਾਤ ਹੈ ਤੇ ਦੂਜੇ ਪਾਸੇ ਹੁਣ ਜਿਹੜੀ ਆਉਣ ਵਾਲੀ ਰਾਤ ਹੈ ਉਸ ਦਿਨ ਵੀ ਆਪੋ ਆਪਣੇ ਹਿਸਾਬ ਨਾਲ ਚਲੋ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਇਹਦੇ ਵਿੱਚ ਕੋਈ ਬਹਿਸ ਨਹੀਂ ਸ਼ੁਰੂ ਹੋਣੀ ਚਾਹੀਦੀ ਅਗਲੀ ਵਾਰ ਤੋਂ ਕੰਮ ਜਿਹੜਾ ਸਪਸ਼ਟ ਹੋ ਜਵੇ ਤਾਂ ਵਧੀਆ ਪਰ ਦੋ ਚਾਰ ਗੱਲਾਂ ਆਪਾਂ ਕਰ ਜ਼ਰੂਰ ਲਈਏ ਦਿਵਾਲੀ ਦੀਆਂ ਕਿਉਂਕਿ ਕਈ ਸਵਾਲ ਖੜੇ ਹੋਏ ਸੰਧਾਲੀਆ ਸਾਹਿਬ ਪਹਿਲੇ ਦੋਕ ਦਿਨ ਜਿੰਨਾ ਕਿ ਮੈਨੂੰ ਵੇਖਣ ਨੂੰ ਮਿਲਿਆ ਪੰਜਾਬ ਦੇ ਬਹੁਤੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੀ ਹੋ ਜਿੱਥੋਂ ਝੋਨਾ ਵੱਡਿਆ ਉਥੋਂ ਜਾਂ ਤਾਂ ਉਹਨਾਂ ਨੇ ਪ੍ਰਾਲੀ ਦੀਆਂ ਢੇਰੀਆਂ ਜੀਆਂ ਬਣਾਈਆਂ ਆ ਜਿਹੜੀਆਂ ਉਹ ਮਸ਼ੀਨ ਬਣਾਉਂਦੀ ਆ ਤੇ ਉਪਰਾਲੀ ਉਹਨਾਂ ਨੇ ਸਾਂਭ ਲਈ ਐ ਉਹਦੇ ਪਿੱਛੇ ਕਾਰਨ ਕਿ ਕਿ ਵੀ ਹੋ ਸਕਦਾ ਕਿ ਤਰੀਕੇ ਜਨ ਕਿ ਅਜੇ ਬਹੁਤਾ ਝੋਨਾ ਵੱਢਣ ਵਾਲਾ ਪਿਆ ਤੇ ਫਿਰ ਦੂਜਾ ਝੋਨਾ ਨੁਕਸਾਨਿਆਂ ਨਾ ਜਾਵੇ ਹੋ ਸਕਦਾ ਪ੍ਰਾਲੀ ਦੇ ਵੱਡਾ ਨੂੰ ਅਗ ਤਾਂ ਬੈ ਨਾ ਲੱਗੀ ਹੋਵੇ ਤੀਸਰਾ ਵੀ ਹੋ ਸਕਦਾ ਕਿਉਂਕਿ ਮੈਨੂੰ ਸ਼ੰਕਾ ਥੋੜੀ ਜੀ ਕਿ ਆ ਜਿਹੜੀਆਂ ਦੋ ਰਾਤਾਂ ਇੱਕ ਲੰਘ ਚੁੱਕੀ ਰਾਤ ਤੇ ਇੱਕ ਆਉਣ ਵਾਲੀ ਰਾਤ ਤੇ ਇਹਦੇ ਵਿੱਚ ਬਹਾਨਾ ਬੜਾ ਤਕੜਾ ਹੁੰਦਾ ਕਿ ਜੀ ਅਹੀਂ ਤਾਂ ਨਹੀਂ ਲਾਈ ਅਹੀਂ ਤਾਂ ਸਾਂਭੀ ਦੀ ਅਹੀਂ ਤਾਂ ਕਦੇ ਵੀ ਨਹੀਂ ਲਾਈਦੀ ਕੀ ਪਤਾ ਕਿੱਥੋਂ ਕੋਈ ਜਿਹੜੀ ਆਤਿਸ਼ਵਾਦੀ ਆਈ ਕਿ ਕਿਉਂ ਹਵਾਈ ਆਈ ਤਾਂ ਫਿਰ ਉਹ ਡਿੱਗ ਪਈ ਜੀ ਅਹੀਂ ਸਾਡਾ ਤਾਂ ਆਪਣਾ ਨੁਕਸਾਨ ਹੋ ਗਿਆ ਸਰਕਾਰੇ ਇਸ ਕਰਕੇ ਅਹੀਂ ਤਾਂ ਕੁਛ ਨਹੀਂ ਕੀਤਾ ਹੋ ਸਕਦਾ ਕਿ ਕੰਮ ਅੱਗੇ ਵਧੇ ਪਰ ਇੱਕ ਗੱਲ ਬਹੁਤ ਸਾਫ਼ ਤੇ ਸਪਸ਼ਟ ਹੈ ਸੰਧਾਲੀਆ ਸਾਹਿਬ ਬਿਲਕੁਲ ਕ੍ਰਿਸਟਲ ਕਲੀਅਰ ਪਾਰਦਰਸ਼ੀ ਟਰਾਂਸਪੇਰੈਂਟ ਕਿ ਪੰਜਾਬ ਦੇ ਵਿੱਚ ਜਾਂ ਹੋਰ ਪਾਸੇ ਉਹਨਾਂ ਧੂਆਂ ਸ਼ਾਇਦ ਆ ਦੋਨੇ ਹੀ ਫਸਲਾਂ ਕਣਕ ਤੇ ਝੋਨੇ ਦੀ ਪਰਾਲੀ ਦੇ ਸੜਨ ਨਾਲ ਨਹੀਂ ਹੁੰਦਾ ਹੋਣਾ ਜਿੰਨਾ ਇੱਕੋ ਹੀ ਦਿਨ ਦੇ ਵਿੱਚ ਪਟਾਕੇ ਚਲਾਉਣਾ ਹੋ ਜਾਂਦਾ ਕੋਈ ਬੰਦਾ ਇਹ ਨਾ ਆਖੇ ਕਿ ਅਸੀਂ ਦੀਵਾਲੀ ਦੇ ਉੱਤੇ ਪਟਾਕੇ ਚਲਾਉਣ ਦੀ ਗੱਲ ਕਰਦੇ ਆ ਚਾਹੇ ਉਹ ਕਿਸੇ ਵੀ ਧਰਮ ਦਾ ਕੋਈ ਖਾਸ ਦਿਨ ਸੋਦ ਜਦੋਂ ਆਉਂਦਾ ਹੈ ਜਦੋਂ ਉੱਥੇ ਵੀ ਪਟਾਕੇ ਚਲਾਏ ਜਾਂਦੇ ਆ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਇੱਕ ਛੋਟਾ ਜਿਹਾ ਬੰਬ ਜਿਹਾ ਵੀ ਚਲਾਉਂਦੇ ਫੀਤੇ ਨੂੰ ਅੱਗ ਲਾਉਂਦੇ ਆ ਉਹ ਇੱਕ ਸਕਿੰਟ ਜਿਠਾ ਹੋ ਜਾਂਦੀ ਹੈ ਪਰ 20 25 ਸਕਿੰਟ ਉਹਦੇ ਧੂਏ ਦਾ ਇੱਕ ਗੁਬਾਰ ਜੇ ਜਦੋਂ ਉੱਪਰ ਨੂੰ ਜਾਂਦਾ ਹੁੰਦਾ ਕਾਲੇ ਧੂਏ ਦਾ ਤੇ ਜੇ ਕਿਤੇ ਉਹ ਧੂਆਂ ਹਵਾ ਦੇ ਨਾਲ ਥੋੜੇਆ ਨੂੰ ਆ ਜਾਏ ਤੁਹਾਡਾ ਨੱਕ ਉਹਨੂੰ ਕਿੰਨਾ ਕੁ ਗਹਿਰਾ ਤੇ ਸੰਘਣਾ ਧੂਆਂ ਮੰਨਦਾ ਉਹ ਤੁਹਾਡਾ ਨੱਕ ਦੱਸ ਦਿੰਦਾ ਜਾਨੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆ ਜਿੱਥੇ ਪਰਾਲੀ ਸਾੜਨ ਤੋਂ ਵੀ ਰੋਕਣ ਦੀ ਲੋੜ ਹੈ ਉੱਥੇ ਨਾਲ ਦੀ ਨਾਲ ਪਟਾਕਿਆਂ ਦੇ ਕਰਕੇ ਜਿਹੜਾ ਪ੍ਰਦੂਸ਼ਣ ਹੁੰਦਾ ਉਹ ਵੀ ਪ੍ਰਦੂਸ਼ਣ ਦਾ ਬਹੁਤ ਵੱਡਾ ਸਰੋਤ ਹੈ ਕਿਉਂਕਿ ਜਦੋਂ ਤੱਕ ਹੁਣ ਮੀਂਹ ਨਹੀਂ ਪੈਂਦਾ ਇਹਨੂੰ ਤੁਰਿਆ ਹੀ ਫਿਰਨਾ ਧੂਏ ਨੇ ਐਸੀ ਗੱਲ ਹੈ ਵਾਰਸਾ ਮੈਂ ਸੋਚਦਾ ਤਿਉਹਾਰ ਮਨਾਉਣ ਮਨਾਉਣ ਦਾ ਵੀ ਫਰਕ ਪੈ ਗਿਆ ਹੁਣ ਬੜੀ ਵਾਰ ਇਸ ਚੀਜ਼ ਤੇ ਉੱਪਰ ਬਹਿਸ ਹੁੰਦੀ ਲੈ ਪਾ ਜੀ ਹੁਣ ਸਰਕਾਰਾਂ ਪਟਾਕੇ ਨਹੀਂ ਚਲਾਉਣ ਦਿੰਦੀਆਂ ਯੂ ਤੇ ਕਹਿੰਦੇ ਹੁਣ ਸੈਲੀਬ੍ਰੇਟ ਨਾ ਕਰੋ ਹੁਣ ਪਹਿਲੀ ਗੱਲ ਤੇ ਆਪਾਂ ਇਹ ਬੇਨਤੀ ਕਰਦੀਏ ਵੀ ਪਟਾਕੇ ਕੋਈ ਹਿਸਟਰੀ ਇਤਿਹਾਸ ਦਾ ਹਿੱਸਾ ਹੈ ਨਹੀਂ ਜੇ ਉਦੋਂ ਦੇ ਇਤਿਹਾਸ ਨਾਲ ਆਪਾਂ ਜੋੜ ਕੇ ਦੇਖ ਵੀ ਲਈਏ ਤੇ ਉਹ ਵੀ ਦੀਪਮਾਲਾ ਤੱਕ ਜਾਂਦਾ ਯਾਨੀ ਕਿ ਤੁਸੀਂ ਰੋਸ਼ਨੀ ਕਰ ਸਕਦੇ ਉਦੋਂ ਦੀਵਿਆਂ ਦੇ ਹਿਸਾਬ ਨਾਲ ਹੁੰਦੀ ਸੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਬਿਜਲੀ ਵਾਲੀਆਂ ਲਾਈਟਾਂ ਲਾ ਸਕਦੇ ਪਰ ਉਹਦੇ ਚ ਪਟਾਕੇ ਕਿਤੇ ਨਹੀਂ ਸੀ ਹੁਣ ਉਹ ਪਟਾਕੇ ਕਿੱਥੋਂ ਆਏ ਆਤਿਸ਼ਬਾਜ਼ੀ ਕਿੱਥੋਂ ਆਈ ਤੇ ਉਹ ਕਿਵੇਂ ਚੱਲ ਗਈ ਇਹ ਥੋੜੀ ਜੀ ਸਮਝਿਓ ਬਾਹਰਲੀ ਕਹਾਣੀਆਂ ਵੀ ਹੁਣ ਐ ਆ ਵੀ ਜਾਨ ਨਹੀਂ ਬਾਈਦੀ ਸਾਡੀ ਉਹਦੇ ਬਿਨਾ ਹਾਂ ਉਹ ਚਲਾਉਣ ਤੋਂ ਬਾਅਦ ਕਿਸੇ ਨਾ ਕਿਸੇ ਦੀ ਜਾਨ ਭਾਵੇਂ ਚਲੀ ਜਾਵੇ ਉਹਨਾਂ ਸਾਨੂੰ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਇਹ ਵੀ ਹੈ WhatsApp ਕੇ ਵੀ ਇਹ ਸਾਰਾ ਕੁਝ ਰੋਕਿਆ ਜਾ ਸਕਦਾ ਕੋਈ ਇਹ ਤੇ ਹੈ ਨਹੀਂ ਕਿ ਬਾਹਰੋਂ ਕੁਸਮਗਲੋ ਕੇ ਬਾਹਰਲੇ ਮੁਲਕ ਤੋਂ ਜਦਾਂ ਨਸ਼ਾ ਆਉਂਦਾ ਜੀ ਇਦਾਂ ਬਾਹਰੋਂ ਆਤਿਸ਼ਬਾਜ਼ੀ ਆਉਂਦੀ ਹੈ ਜੀ ਕਿਹੜਾ ਪਤਾ ਲੱਗਦਾ ਐ ਡਰੀਮ ਵੀ ਇੱਥੇ ਨੇ ਲਕਾਨਾ ਵੀ ਇੱਥੇ ਨੇ ਵੇਖਦਾ ਵੀ ਸਾਰਾ ਕੁਝ ਇੱਥੇ ਆ ਅਦਾਲਤਾਂ ਪ੍ਰਸ਼ਾਸਨ ਸਰਕਾਰਾਂ ਇਜਾਜ਼ਤ ਵੀ ਦਿੰਦੀਆਂ ਨੇ ਪਈ ਇੰਨੇ ਕੋਈ ਨਹੀਂ ਇੱਦਾਂ ਤੁਸੀਂ ਇੱਥੇ ਲਾ ਲਿਓ ਵੇਚ ਲਿਓ ਇੰਨੇ ਤੋਂ ਇੰਨੇ ਤੁਸੀਂ ਚਲਾ ਲਿਓ ਹੁਣ ਜੇ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਲੱਗਦਾ ਕੇ ਆਰ ਪੋਲੂਸ਼ਨ ਕਰਕੇ ਪ੍ਰੋਡੂਸ਼ਨ ਕਰਕੇ ਸਾਡੀ ਹਾਲਤ ਨਹੀਂ ਹੈ ਕਿ ਹੁਣ ਅਸੀਂ ਗਾਂ ਹੁਣ ਪਟਾਕੇ ਹੋਰ ਚਲਾ ਸਕੀਏ ਤੇ ਉਸ ਮੈਂ ਫੈਸਲੇ ਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਐਡੀ ਕੋ ਵੇਲਣੇ ਚ ਬਾਤ ਆਈ ਨਹੀਂ ਕਿ ਹਾਂ ਜ਼ਰੂਰੀ ਆ ਵੀ ਯਾਰ ਹੁਣ ਕਰਾਂਗੇ ਕੀ ਜੇ ਪਟਾਕੇ ਨਾਲ ਚਲਾਏ ਤੇ ਆ ਹੁਣ ਤੁਸੀਂ ਠੀਕ ਗੱਲ ਕੀਤੀ ਕਿ ਵੀ ਬਹਾਨਾ ਵੀ ਹੈ ਦਿਵਾਲੀ ਵਾਲਾ ਹੁਣ ਤੇ ਸੁਖਨਾ ਦੂਰ ਰਾਤਾਂ ਦਾ ਬਹਾਨਾ ਬਣ ਜਾਣਾ ਤੇ ਜੇ ਦੂਰ ਰਾਤਾਂ ਦੇ ਬਹਾਨੇ ਨੇ ਆ ਜੋ ਇੱਕ ਦਿਨ ਦੋ ਦਿਨ ਪਹਿਲਾਂ ਤੱਕ 에ਅਰ ਕੁਆਲਿਟੀ ਇੰਡੈਕਸ ਪੰਜਾਬ ਦਾ ਸੀ ਉਹਦੇ ਤੋਂ ਤਿੰਨ ਦਿਨ ਬਾਅਦ ਦਾ 에ਅਰ ਕੁਆਲਿਟੀ ਇੰਡੈਕਸ ਜੇ ਬਦਲ ਗਿਆ ਤੇ ਫਿਰ ਇਹ ਗੱਲ ਕਲੀਅਰ ਕਟ ਸਾਫ ਹੋ ਜੂਗੀ ਕਿ ਕੱਲ ਨੂੰ ਜੇ ਕੋ ਆਪਣੇ ਤੇ ਦੋਸ਼ ਲਾਵੇ ਵੀ ਹਾਂ ਯਾਰ ਤੁਸੀਂ ਪ੍ਰਦੂਸ਼ਣ ਕਰਦੇ ਹੋ ਤੇ ਆਪਾਂ ਮੁਕਰ ਨਹੀਂ ਸਕਦੇ ਉਸ ਤੋਂ ਸੰਧਾਲੀਆ ਸਾਹਿਬ ਹੁਣ ਸਾਲ ਰਹਿੰਦਾ ਪੂਰਾ ਦਿਵਾਲੀ ਚ ਪੂਰਾ ਇੱਕ ਸਾਲ ਅਸੀਂ ਬੇਨਤੀ ਕਰਦੇ ਹਾਂ ਫੈਕਟਰੀ ਵਾਲਿਆਂ ਨੂੰ ਤੇ ਮੁੜ ਕੇ ਬਾਅਦ ਵਿੱਚ ਵੱਡੀਆਂ ਦੁਕਾਨਾਂ ਦੇ ਵਿੱਚ ਪਟਾਕੇ ਵੇਚਣ ਵਾਲਿਆਂ ਨੂੰ ਤੇ ਜਿਹੜੇ ਮੰਝਾ ਲਾ ਕੇ ਵੀ ਵੇਚਦੇ ਨੇ ਪਿੰਡਾਂ ਛੋਟੇ ਸ਼ਹਿਰਾਂ ਦੇ ਵਿੱਚ ਮੰਝਿਆਂ ਦੇ ਉੱਤੇ ਪਟਾਕੇ ਰੱਖ ਕੇ ਕਿ ਹਰ ਵਾਰੀ ਥੋੜਾ ਇਹ ਕਹਿਣਾ ਹੁੰਦਾ ਕਿ ਪਾਈ ਅਸੀਂ ਤਾਂ ਹੁਣ ਜਿਹੜਾ ਹੋਲ ਸੇਲ ਤੋਂ ਖਰੀਦ ਲਾਇਆ ਉਧਰੋਂ ਥੋਕ ਦੇ ਵਿੱਚ ਪਟਾਕੇ ਲੈ ਆਂਦੇ ਆ ਹੁਣ ਤਾਂ ਅਸੀਂ ਪੈਸੇ ਵਟਾਂਗੇ ਤਾਂ ਸਾਡੇ ਪੈਸੇ ਪੂਰੇ ਹੁਣੇ ਹੁਣ ਤੁਸੀਂ ਅਗਲੀ ਵਾਰੀ ਇਹ ਕੰਮ ਨਾ ਕਰਿਓ ਮੈਂ ਸੰਧਾ ਵਾਲਿਆ ਸਭ ਬਾਜ਼ਾਰਾਂ ਦੇ ਵਿੱਚ ਘੁੰਮਦਾ ਵੇਖ ਰਿਹਾ ਸੀ ਕਿ ਇੱਕ ਜਿ ਪਟਾਕੇ ਮਹਿੰਗੇ ਬਹੁਤ ਆ ਪਹਿਲੀ ਗੱਲ ਬਹੁਤ ਜ਼ਿਆਦਾ ਕੋਸਟਲੀ ਨੇ ਜਾਨੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨੇ ਹੁਣ ਹਰ ਬੰਦਾ ਜੇ ਹਜ਼ਾਰਾਂ ਰੁਪਏ ਦੇ ਪਟਾਕੇ ਲੈ ਰਿਆ ਉਹ ਮਜਬੂਰੀ ਚ ਲੈ ਰਿਆ ਬੱਚੇ ਕਹਿੰਦੇ ਆ ਜਾਂ ਕਿਵੇਂ ਉਸੇ ਬਾਜ਼ਾਰ ਦੇ ਵਿੱਚ ਜਿੱਥੇ ਅਸੀਂ ਇੱਕ ਪਾਸੇ ਹਜ਼ਾਰਾਂ ਰੁਪਈਏ ਦੇ ਪਟਾਕੇ ਲੈ ਰਹੇ ਆ ਉੱਥੇ ਹੀ ਉਹਨਾਂ ਪਟਾਕਿਆਂ ਦੀ ਦੁਕਾਨ ਦੇ ਆਲੇ ਦੁਆਲੇ ਨੰਗੇ ਨੰਗ ਢੰਗ ਨੰਗੇ ਪੈਰੀ ਬੱਚੇ ਵੀ ਤੁਰੇ ਫਿਰਦੇ ਸੀ ਕਈ ਕਈਆਂ ਨੂੰ ਮਾਮਾ ਨੇ ਉਂਗਲ ਨਾ ਲਾਇਆ ਸੀ ਕਈ ਕੱਲੇ ਉੱਥੇ ਤੁਰੇ ਫਿਰਦੇ ਸੀ ਮਾਰੇ ਕੁਚਾਲੇ ਕੱਪੜਿਆਂ ਵਾਲੇ ਅੱਧ ਪਚਾਦੇ ਜਾਂ ਕੱਪੜੇ ਪਾਏ ਉੱਥੇ ਉਹ ਲੱਗਦਾ ਸੀ ਕਿ ਲੋੜ ਬੰਦ ਨੇ ਜ਼ਰੂਰੀ ਨਹੀਂ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਰੋਟੀ ਦੇਣੀ ਹੈ ਉਹਨਾਂ ਦਾ ਪੜਨਾ ਬੜਾ ਜ਼ਰੂਰੀ ਹੈ ਕਿ ਇਦਾਂ ਦਾ ਕੋਈ ਸੰਭਾਵਨਾ ਕੋਈ ਇਦਾਂ ਦਾ ਹਿਸਾਬ ਕਿਤਾਬ ਪੈਦਾ ਨਹੀਂ ਹੋ ਸਕਦਾ ਕਿ ਭਾਈ ਇੱਕ ਦਿਨ ਅਸੀਂ ਜਿੰਨੇ ਪੈਸੇ ਪਟਾਕਿਆਂ ਤੇ ਖਰਚਦੇ ਆਂ ਜੇ ਸਾਰੇ ਨਹੀਂ ਘਟਾ ਸਕਦੇ ਅੱਦੇ ਘਟਾ ਕੇ ਉਹਨਾਂ ਨੂੰ ਕਿਤਾਬ ਕਾਪੀ ਲੈ ਦੇਈਏ ਉਹਨਾਂ ਦੀ 2-4-5 ਮਹੀਨੇ ਦੀ ਕਿਸੇ ਸਕੂਲ ਦੀ ਫੀਸ ਦੇ ਦਈਏ ਅਸੀਂ ਇਹ ਵੀ ਕਹਿੰਨੇ ਆ ਨਾ ਕਿ ਭਾਈ ਦਿਵਾਲੀ ਵਾਲੇ ਦਿਨ ਨਵੇਂ ਕੱਪੜੇ ਅਸਾਨੂੰ ਲੇਖ ਪੜਾਉਂਦੇ ਹੁੰਦੇ ਸੀ ਅਸੀਂ ਲੇਖ ਲਿਖਦੇ ਵੀ ਹੁੰਦੇ ਸੀ ਕਿ ਦਿਵਾਲੀ ਵਾਲੇ ਦਿਨ ਨਵੇਂ ਕੱਪੜੇ ਮਿਲਦੇ ਹਨ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਤਾਂ ਲੱਗਦਾ ਕਿ ਨਵੇਂ ਕੱਪੜੇ ਕਦੇ ਮਿਲਦੇ ਹੀ ਨਹੀਂ ਯਾਨੀ ਜਦੋਂ ਅਸੀਂ ਸਮਾਜਿਕ ਤੌਰ ਦੇ ਉੱਤੇ ਵਿਚਰਨਾ ਸਾਡੇ ਸਮਾਜ ਦੇ ਸਾਂਝੇ ਤਿਉਹਾਰ ਹੁੰਦੇ ਆ ਤੇ ਉਦੋਂ ਸਾਨੂੰ ਸਮਾਜ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਦੱਬੇ ਕੁਚਲੇ ਲੋਕ ਨੇ ਆਰਥਿਕ ਤੌਰ ਦੇ ਉੱਤੇ ਮੰਦੀ ਦਾ ਬਹੁਤ ਵੱਡੀ ਪੱਧਰ ਤੇ ਸ਼ਿਕਾਰ ਲੋਕ ਨੇ ਉਹਨਾਂ ਦੀ ਥੋੜੀ ਬਹੁਤ ਸਾਰਤਾ ਲੈਣੀ ਚਾਹੀਦੀ ਹੈ ਨਾ ਪਟਾਕੇ ਦਾ ਕੀ ਆ ਸੰਧਾਲੀਆ ਸਾਹਿਬ 20-25 ਰੁਪਈਆ ਦੀ ਆਤਿਸ਼ਬਾਜੀ ਹੁਣੀ ਮੈਂ ਤਾਂ ਲੰਬਾ ਸਮਾਂ ਹੋ ਗਿਆ ਧਾਕਾ ਹੀ ਹੋ ਗਿਆ ਹੁਣ ਪਟਾਕੇ ਕਦੇ ਚਲਾਏ ਨਹੀਂ ਉਹ 20 25 30 ਰੁਪਏ ਦੀ ਆਤਿਸ਼ਵਾਜੀ ਨੂੰ ਇੱਕ ਘੜੀ ਇੱਕ ਸਕਿੰਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਵੱਡੇ ਵੱਡੇ ਪਟਾਕੇ ਨੂੰ ਇੱਕ ਸਕਿੰਟ ਚ ਅੱਗ ਲੱਗ ਜਾਂਦੀ ਹੈ ਪਰ ਜੇ ਅਸੀਂ ਉਹਦੇ ਵਿੱਚੋਂ ਥੋੜਾ ਜਿਹਾ ਰੁਪਈਆ ਤੇ ਲਾ ਆਪਣਾ ਬਜਟ ਸੱਜੇ ਖੱਬੇ ਕਰਕੇ ਤੇ ਇਹ ਜਿਹੜੇ ਲੋੜਵੰਦ ਲੋਕ ਨੇ ਸਮਾਜ ਦੇ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਰੋਟੀ ਦਿਓ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਹੋਰ ਸਹੂਲਤ ਦਿਓ ਉਹਨਾਂ ਦੇ ਘਟੂ ਘਟ ਪੜਾਉਣ ਦੇ ਪੜਾਉਣ ਦੇ ਉੱਤੇ ਲਾ ਦਈਏ ਤਾਂ ਸ਼ਾਇਦ ਭਾਈ ਉਹ ਜਿਹੜਾ ਭਵ ਸਾਗਰ ਜਾਂ ਪਾਰਕ ਕਰਨ ਦੇ ਵਿੱਚ ਮਾੜੀ ਮੋਟੀ ਸਹੂਲਤ ਹੋਈ ਜਾਵੇ <laughs> देखो गलया कोई ये ना अखी भी हां यार ये ता दुनिया भर ਦੇ ਵਿੱਚ ਆਤਿਸ਼ਬਾਜ਼ੀ ਹੁੰਦੀ ਆ ਜੀ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਨਵੇਂ ਸਾਲ ਤੇ ਆਪਾਂ ਦੇਖਦੇ ਆਂ ਵੱਡੇ ਵੱਡੇ ਦੇਸ਼ਾਂ ਦੇ ਵੱਲੋਂ ਵੱਡੀਆਂ ਵੱਡੀਆਂ ਥਾਵਾਂ ਦੇ ਉੱਪਰ ਆਤਿਸ਼ਬਾਜ਼ੀ ਕੀਤੀ ਜਾਂਦੀ ਆ ਫਾਇਰ ਵਰਕਸ ਨੂੰ ਕਹਿੰਦੇ ਆ ਲੋਕ ਦੇਖਣ ਜਾਂਦੇ ਨੇ ਤੇ ਅਸੀਂ ਕਰਦੇ ਆਂ ਯਾਰ ਫਿਰ ਕਿਸੇ ਨੂੰ ਤਰਾਜ ਦੇਖੋ ਕਦੋਂ ਕਰਦੇ ਨੇ ਇਸ ਤਰ੍ਹਾਂ ਦੇ ਉਹ ਪਟਾਕੇ ਹੁੰਦੇ ਆ ਕੌਣ ਲੋਕ ਹੁੰਦੇ ਨੇ ਜਿਨ੍ਹਾਂ ਨੇ ਉਹ ਚਲਾਉਣੇ ਹੁੰਦੇ ਤੇ ਉਹਦੇ ਚ ਉਹਨਾਂ ਨੇ ਕੀ ਹਿਸਾਬ ਦਾ ਬਲਾਇਆ ਹੁੰਦਾ ਉਨੀ ਕੈਲਕੂਲੇਸ਼ਨ ਆਪਾਂ ਨਹੀਂ ਕੀਤੀ ਹੁੰਦੀ। ਆਪਣੀਆਂ ਦੇ ਸਰਕਾਰਾਂ ਨੂੰ ਵੀ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਸ਼ਹਿਰ ਦੇ ਕਿਹੜੇ ਮਹੱਲੇ ਦੀ ਕਿਹੜੀ ਗਲੀ ਦੇ ਵਿੱਚ ਪਟਾਕਿਆਂ ਵਾਲੀ ਫੈਕਟਰੀ ਚੱਲੀ ਜਾਂਦੀ ਸੀ। ਉਹ ਤੇ ਜਦੋਂ ਕਿਤੇ ਛੱਤ ਛੁੱਟ ਤੋੜਦੀ ਆ ਫੇਰ ਹੀ ਆਸੇ-ਪਾਸੇ ਰੌਲਾ ਪੈਂਦਾ ਵੀ ਯਾਰ ਇੱਥੇ ਦੇ ਬਾਬਾ ਸਾਲਾਂ ਤੋਂ ਚੱਲਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਾ। ਤੋਂ ਫਰਕ ਬੜਾ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ। ਦੂਜੀ ਰਹੀ ਗੱਲ ਆਪਣੇ ਸ਼ੌਕ ਦੀ। ਸ਼ੌਕ ਆਪਾਂ ਐਸਾ ਕਿ ਆਪਾਂ ਭਾਵੇਂ ਸਾਤ ਸਮੁੰਦਰੋਂ ਪਾਰ ਆ ਗਏ। ਉੱਥੇ ਵੀ ਆਪਾਂ ਆਪਣੇ ਪਟਾਕਿਆਂ ਵਾਲੇ ਸ਼ੌਕ ਨੂੰ ਨਾਲ ਚੱਕੀ ਫਿਰਦੇ ਆਂ। ਤੇ ਪਟਾਕੇ ਵਾਲਾ ਸ਼ੌਕ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤੇ ਪਿਛਲੇ 2 ਸਾਲਾਂ ਤੋਂ ਕਾਫੀ ਵੱਧ ਗਿਆ ਸੀ ਪੂਜੀਆਂ ਬਾਅਦ ਚ ਵਾਇਰਲ ਹੁੰਦੀਆਂ ਵੀਡੀਓਜ਼ ਤੋਂ ਬਾਅਦ ਲੋਕ ਵੀ ਤੌਬਾ ਤੌਬਾ ਕਰਦੇ ਸੀ ਵੀ ਕਿੱਧਰ ਨੂੰ ਚੱਲ ਪਿਆ ਆਪਾਂ ਤੇ ਕੋਈ ਫਰਕ ਨਹੀਂ ਪੈਂਦਾ ਇੱਥੋਂ ਵਾਲਿਆਂ ਦੇ ਤੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਇਹ ਮੋਹਲ ਹੀ ਬੋਲਦੇ ਇਹਨਾਂ ਦੀ ਕਲਮ ਬੋਲਦੀ ਐ ਸਵੇਪ ਕੀ ਕਲਮ ਬੋਲੀ ਐ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਿ ਜੇਕਰ ਤੁਸੀਂ ਪਟਾਕੇ ਚਲਾਏ ਜੇਕਰ ਤੁਸੀਂ ਉਹ ਦੁਬਾਰਾ ਪੁਲ ਚੜੀ ਤੋਂ ਇਲਾਵਾ ਕੁਝ ਹੋਰ ਕੀਤਾ ਜਾਂ ਵੇਚਣ ਵਾਲੇ ਪਾਸੇ ਵੀ ਗਏ ਤੁਸੀਂ ਆਤਿਸ਼ਬਾਜ਼ੀ ਤੇ ਮੋਟਾ ਜੁਰਮਾਨਾ ਵੀ ਲੱਗਣਾ ਫਿਰ ਨਾ ਕਿ ਉਹ ਸੰਦਾਲੀਆਂ ਸਭ ਗੱਲ ਤੁਹਾਡੀ ਠੀਕ ਹੈ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਕਈ ਪਾਰਕਿੰਗ ਵਾਲੀਆਂ ਥਾਵਾਂ ਜਿਹੜੀਆਂ ਨੇ ਉੱਥੇ ਬਹੁਤ ਖਲਾਰਾ ਪਿਆ ਸੀ। ਵੱਡੀ ਪੱਦਰ ਦੇ ਉੱਤੇ ਪਟਾਕੇ ਚਲਾਏ ਕਿਉਂਕਿ ਦੀਵਾਲੀ ਆਪਣਾ ਪੰਜਾਬੀਆਂ ਦਾ ਭਾਰਤੀਆਂ ਦਾ ਤਿਉਹਾਰ ਹੈ। ਤੇ ਉੱਥੇ ਅਸੀਂ ਬਿਲਕੁਲ ਵੀ ਇਸ ਚੀਜ਼ ਨੂੰ ਬੰਨੜਣਾ ਨਹੀਂ ਚਾਹੁੰਦੇ ਕਿ ਬਾਹਰੋਂ ਆਏ ਪੰਜਾਬ ਤੋਂ ਆਏ ਵਿਦਿਆਰਥੀ ਚਲਾਉਂਦੇ ਆ ਜਾਂ ਭਾਰਤ ਤੋਂ ਆਏ ਵਿਦਿਆਰਥੀ ਚਲਾਉਂਦੇ ਆ ਜਾਂ ਕੈਨੇਡਾ ਦੇ ਜੰਪਲ ਬੱਚੇ ਜਿਹੜੇ ਪੰਜਾਬੀਆਂ ਦੇ ਉਹ ਚਲਾਉਂਦੇ ਭਾਰਤੀਆਂ ਦੇ ਨਹੀਂ। ਪਟਾਕੇ ਚੱਲੇ ਨੇ ਬਾਕੀ ਭਾਈਚਾਰਿਆਂ ਦੇ ਲਈ ਅਸੀਂ ਵੰਡੇ ਹੋਏ ਨਹੀਂ ਹੈਗੇ ਕਿ ਅਸੀਂ ਨਵੇਂ ਆ ਕੈਨੇਡਾ ਦੇ ਵਿੱਚ ਜਾਂ ਪੁਰਾਣੇ ਆ ਉਹਨਾਂ ਦੇ ਲਈ ਅਸੀਂ ਪੰਜਾਬੀ ਜਾਂ ਭਾਰਤੀ ਆ ਉੱਥੇ ਫਿਰ ਅਕਸ ਆਪਣੇ ਭਾਈਚਾਰੇ ਦਾ ਜਿਹੜਾ ਉਹ ਦਾ ਦੇ ਉੱਤੇ ਲੱਗਿਆ ਹੁਣ ਐਤਕੀ ਜਰਮਾਨੇ ਲੱਖ ਲੱਖ ਡਾਲਰ ਤੱਕ ਦੇ ਆਂਦੇ ਚਰਚੇ ਨੇ ਕਿ ਭਾਈ ਜੇ ਬਿਨਾਂ ਪਰਵਾਨਗੀ ਤੋਂ ਪਟਾਕੇ ਚਲਾਏ ਜਾਂ ਜਿਨ੍ਹਾਂ ਪਟਾਕਿਆਂ ਦੀ ਪਰਵਾਨਗੀ ਹੈ ਉਹਨਾਂ ਤੋਂ ਬਿਨਾਂ ਕੋਈ ਪਟਾਕਾ ਚਲਾਇਆ ਜਾਂ ਜਿਨ੍ਹਾਂ ਥਾਵਾਂ ਦੇ ਉੱਤੇ ਪਰਵਾਨਗੀ ਨਹੀਂ ਜੇ ਉੱਥੇ ਜਾ ਕੇ ਪਟਾਕੇ ਚਲਾਏ ਕਪਾਈ ਇੰਨਾ ਜੁਰਮਾਨਾ ਹੋਏਗਾ ਅਗਲੇ ਦੁੱਧ ਦੇ ਸੜਿਓ ਨੇ ਲੱਸੀ ਨੂੰ ਫੂਕਾ ਮਾਰ ਕੇ ਪੀਂਦੇ ਆ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਾਈ ਥੋੜਾ ਜਿਹਾ ਵਿਚਾਰ ਰੱਖਿਓ ਕੋਈ ਕੋਈ ਬੰਦਾ ਵਿਰਲਾ ਟਾਵਾ ਹੁੰਦਾ ਹੈ ਸ਼ਰਾਰਤੀ ਅਨਸਰ ਜਿਹਦੇ ਮਨ ਦੇ ਵਿੱਚ ਇਦਾਂ ਦੇ ਫੁਰਨੇ ਫੁਰਤੇ ਰਹਿੰਦੇ ਕਿ ਸਾਨੂੰ ਕਿਹੜਾ ਕੋਈ ਵੇਖ ਲੂ ਪਰ ਜਿਹੜੇ ਬੱਚੇ ਨਵੇਂ ਗਏ ਨੇ ਜਾਂ ਜਿਹੜੇ ਬੱਚੇ ਉੱਥੋਂ ਦੇ ਜੰਪਲ ਨੇ ਹੁਣੇ-ਹੁਣੇ ਜਵਾਨ ਹੋ ਰਹੇ ਨੇ ਤੁਸੀਂ ਇਦਾਂ ਦੇ ਬੰਦਿਆਂ ਦਾ ਸਾਥ ਨਾ ਦਿਓ ਤੁਹਾਡੇ ਰਿਕਾਰਡ ਦੇ ਵਿੱਚ ਵੀ ਜਿੱਦਾਂ ਇੱਥੇ ਹੁੰਦਾ ਨਾ ਕਿ ਪਾਈ ਜਿਹੜੀ ਫਰਤ ਹੈ ਉਹਦੇ ਵਿੱਚ ਲਾਲ ਅੱਖਰਾਂ 'ਚ ਤੁਹਾਡੇ ਲਿਖ ਦਿੱਤਾ ਜਾਊਗਾ ਉੱਥੇ ਵੀ ਤੁਹਾਡੇ ਰਿਕਾਰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਜਾਣਗੀਆਂ ਜੁਰਮਾਨੇ ਦੇਣੇ ਔਖੇ ਹੋ ਜਾਣਗੇ ਭਾਈ ਚਾਰੇ ਦੇ ਅਕਸ ਦੇ ਉੱਤੇ ਜਿਹੜਾ ੱੱਬਾ ਲੱਗਦਾ ਉਹ ਵੱਖਰਾ ਥੋੜੇ ਟੀਚੇ ਕੋਈ ਹੋਰ ਨਹੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਉਹਨਾਂ ਟੀਚਿਆਂ ਨੂੰ ਆਪਾਂ ਪ੍ਰਾਪਤ ਕਰਨਾ ਬੰਬਾਂ ਦੀ ਠਾਠੂ ਤੋਂ ਕੁਝ ਨਹੀਂ ਲੈਣਾ ਇਹ ਗੱਲ ਠੀਕ ਹੈ ਤੁਹਾਡੀ WhatsApp ਦੇਖੋ ਇੱਕ ਗੱਲ ਆ ਇਸ ਵਕਤ ਸਾਰੇ ਪਾਸੇ ਬੜੀ ਚਰਚਾ ਚੱਲੂ ਜੇ ਆਪਾਂ ਕੈਨੇਡਾ ਨੂੰ ਸੈਂਟਰ ਮੰਨ ਲੈਂਦੇ ਆਪਾਂ ਆਸਟ੍ਰੇਲੀਆ ਨਿਊਜ਼ੀਲੈਂਡ ਹੋਰ ਨਾ ਥਾਵਾਂ ਦੀ ਗੱਲ ਨਹੀਂ ਕਰਦੇ ਪਿਛ ਜਿਹੜਾ ਪਹਿਲਾਂ ਦਾ ਇੱਥੋਂ ਦਾ ਰਹਿਣ ਵਾਲਾ ਭਾਈਚਾਰਾ ਨਾ ਕਹ ਲਓ ਕਿ ਵੀ ਇੱਥੋਂ ਦੇ ਜਿਹੜੇ ਪੁਰਾਣੇ ਨਿਵਾਸੀ ਨੇ ਉਹਨਾਂ ਨੁਆਸੀਆਂ ਦੇ ਵਿੱਚ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਹੁਣ ਅੱਜ-ਅੱਜਕਲ੍ਹ ਦੇ ਦਿਨਾਂ ਦੇ ਵਿੱਚ ਬੜਾ ਰੋਸ ਰਾਂਝ ਜਿਆ ਸੀ ਪੀਪੀਆਰ ਇਹ ਜੋ ਕੁਝ ਵੀ ਹੋ ਰਿਹਾ ਉਹ ਠੀਕ ਨਹੀਂ ਹੌਲੀ-ਹੌਲੀ ਉਹ ਗੱਲ ਸਰਕਾਰਾਂ ਤੱਕ ਪਹੁੰਚੀ ਸਰਕਾਰਾਂ ਦੀਆਂ ਨੀਤੀਆਂ ਦੇ ਵਿੱਚ ਫਰਕ ਪੈਣ ਲੱਗ ਪਿਆ ਤੇ ਉਹ ਫਰਕ ਐਸਾ ਪਿਆ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਚੂਲੀ ਟੈਟ ਹੋਣ ਲੱਗ ਉਹ ਚੂੜੀ ਟੈਟ ਕਰਨ ਦੀ ਜਾਂ ਹੋਣ ਦੀ ਨੌਬਤ ਕਿਉਂ ਆਈ ਏ ਇੱਕ ਬਹੁਤ ਵੱਡਾ ਸਵਾਲ ਆ ਠੀਕ ਆ ਉਹਦੇ ਦੀ ਕੋਈ ਕਿਸੇ ਨੂੰ ਦੋਸ਼ੀ ਕਹੀ ਜਾਵੇ ਕੋਈ ਕਿਸੇ ਨੂੰ ਦੋਸ਼ੀ ਕਹੀ ਜਾਵੇ ਪਰ ਹਕਮ ਫਿਰਕੇ ਇੰਨਾ ਜ਼ਰੂਰ ਆ ਪੀ ਜੇ ਉਹ ਦੋਸ਼ੀ ਨੇ ਤੇ ਆਪਣੇ ਚ ਹੀ ਨੇ ਕਿ ਜੇ ਆਪਾਂ ਉਹਦੇ ਵਿੱਚ ਹੋਰ ਵਾਧਾ ਕੀਤਾ ਇਸ ਵਾਰ ਕਿਉਂਕਿ ਮੌਕਾ ਉਹੀ ਆ ਗਿਆ ਜਦੋਂ ਆਪਾਂ ਇਹ ਗੱਲ ਕਰਦੇ ਪਏ ਆ ਉਸੇ ਤਰ੍ਹਾਂ ਉਹ ਸਾਰਾ ਕੁਝ ਫਿਰ ਉੱਥੇ ਪਹੁੰਚਿਆ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੁਰਮਾਨਾ ਜੇ ਕਿਸ ਨੂੰ ਸਜ਼ਾ ਦੇਣੀ ਹੋਏ ਤਾਂ 200 400 500 1000 1500 2000 5000 ਡਾਲਰ ਤੋਂ ਬੜੀ ਰਾਂ ਸੁਣਿਆ ਜੇ ਲੱਖ ਡਾਲਰ ਦੇ ਜੁਰਮਾਨੇ ਤੱਕ ਉਹ ਗੱਲਾਂ ਕਰਦੇ ਨੇ ਇਹਦਾ ਮਤਲਬ ਉਹ ਕਿੰਨੇ ਸੀਰੀਅਸ ਨੇ ਇਸੀ ਨੂੰ ਲੈ ਕੇ ਤੇ ਜੇ ਫਿਰ ਵੀ ਆਪਾਂ ਉਹ ਆਫੈਂਸ ਕਰਦੇ ਆ ਆਪਾਂ ਨੂੰ ਲੱਗਦਾ ਵੀ ਕਿਹੜਾ ਕੁ ਵੇਂਦਾਈ ਉੱਥੇ ਕਿਹੜਾ ਫੜੇ ਜਾਣਾ ਉੱਥੇ ਪਹਿਲਾਂ ਐਵੇਂ ਕੀਤਾ ਸੀ ਕਿਹੜਾ ਕਿਸੇ ਨੂੰ ਪਤਾ ਲੱਗਾ ਹੋ ਸਕਦਾ ਜਿਹੜੇ ਬੰਦੇ ਨੇ ਕੀਤਾ ਹੋਵੇ ਪੂਰੀ ਕੋ ਆਪਣੀ ਸਟੋਰੀ ਹੋਵੇ ਹੋ ਸਕਦਾ ਉਹਨੇ ਕੁਝ ਭੁਗਤਿਆ ਵੀ ਹੋਵੇ ਜਿਹੜਾ ਕਿਸ ਨੂੰ ਨਾ ਦੱਸਿਆ ਹੋਵੇ ਤੋਂ ਸਾਡੀ ਬੜੀ ਹੱਥ ਬਨ ਕੇ ਬੇਨਤੀ ਆ ਕਿ ਜੇ ਤੁਸੀਂ ਸਤ ਸਮੁੰਦਰ ਪਾਰ ਬੈਠੇ ਹੋ ਤੇ ਇੱਥੇ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝ ਲਿਓ ਇਹ ਨਾ ਹੋਵੇ ਬਾਅਦ ਚ ਆਪਾਂ ਅੱਖਾਂ ਚੋਂ ਸੁਣ ਦੇਦੇ ਰੋਈਏ ਅਸੀਂ ਕੀ ਕੀਤਾ ਅਸੀਂ ਖੁਸ਼ੀ ਮਨਾਈ ਸੀ ਖੁਸ਼ੀ ਹੋ ਸਕਦਾ ਆਪਣੇ ਹਿਸਾਬ ਨਾਲ ਆਪਾਂ ਨੂੰ ਲੱਗਦੀ ਹੋਵੇ ਪਰ ਉਹ ਕਹਿੰਦੇ ਆ ਵੀ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸੰਧਾਲੀਆ ਸਭ ਦੇਖੋ ਮੈਂ ਹੁਣ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਦੇ ਮੂੰਹ ਸੁਣਿਆ ਜੀ ਕੈਨੇਡਾ ਨੇ ਤਾਂ ਬੰਦ ਹੀ ਕਰ ਦਿੱਤਾ ਕੈਨੇਡਾ ਨੇ ਤਾਂ ਸਖਤੀ ਬਹੁਤ ਕਰ ਦਿੱਤੀ ਕੈਨੇਡਾ ਨੇ ਤਾਂ ਕਾ ਮੌਕਾ ਬਹੁਤ ਕਰਤਾ ਠੀਕ ਹੈ ਤੁਹਾਡੇ ਤੱਕ ਜੋ ਜਾਣਕਾਰੀਆਂ ਪਹੁੰਚੀਆਂ ਉਹਦੇ ਮੁਤਾਬਕ ਇਦਾਂ ਦੀ ਹੀ ਭਾਵਨਾ ਤੁਹਾਡੇ ਮਨ ਦੇ ਵਿੱਚ ਆਉਣੀ ਚਾਹੀਦੀ ਹੈ। ਦੋ ਤਿੰਨ ਚੀਜ਼ਾਂ ਜਿਹੜੀਆਂ ਚੇਤੇ ਰੱਖਣ ਵਾਲੀਆਂ ਕੋਈ ਵੀ ਬੰਦਾ ਕਿਸੇ ਵੀ ਧਰਤੀ ਤੋਂ ਆਸਟ੍ਰੇਲੀਆ ਜਾਵੇ, ਇੰਗਲੈਂਡ ਜਾਵੇ, ਕੈਨੇਡਾ ਜਿਹੜਾ ਅਮਰੀਕਾ ਜਿੱਥੇ ਮਰਜੀ ਜਾਵੇ। ਬੰਦਾ ਕਿਉਂ ਜਾਂਦਾ? ਕਿ ਉੱਥੇ ਜੀ ਰਹਿਣ ਸਹਿਣ ਦੀ ਹਾਲਤ ਠੀਕ ਹੈ, ਉੱਥੇ ਕਾਨੂੰਨ ਦੇ ਮੁਤਾਬਕ ਕੰਮ ਚੱਲਦਾ ਹੈ, ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ। ਆਹੀ ਤਿੰਨ ਚਾਰ ਗੱਲਾਂ ਹੁੰਦੀਆਂ। ਤੇ ਜਦੋਂ ਅਸੀਂ ਉੱਥੇ ਦੇ ਚੰਗੇ ਕਾਨੂੰਨਾਂ ਦੇ ਕਰਕੇ ਜਾਂਦੇ ਤਾਂ ਅਸੀਂ ਕਾਨੂੰਨਾਂ ਦੇ ਪਾਬੰਦ ਰਹਿਣਾ। ਅਸੀਂ ਕਾਨੂੰਨ ਤੋੜਨੇ ਥੋੜੀ ਹੈ। ਤੇ ਜਿਹੜਾ ਵੀ ਬੰਦਾ ਕਾਨੂੰਨ ਤੋੜੂਗਾ ਕਾਨੂੰਨ ਨੇ ਉੱਥੋਂ ਦੇ ਨੇ ਸਜ਼ਾ ਦੇਣੀ ਹੈ ਮੈਂ ਇੱਕ ਹੋਰ ਇੱਥੇ ਬੇਨਤੀ ਕਰਦਾ ਸਰਕਾਰਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੁੰਦਾ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਨਿਯਮ ਸਖਤ ਕਰਨੇ ਆ ਕਿ ਨਿਯਮ ਨਰਮ ਕਰਨੇ ਆ ਇਸ ਗੱਲ ਦੇ ਉੱਤੇ ਝੂਰੀ ਨਾ ਜਾਓ ਜਿੰਨੇ ਪੰਜਾਬ ਦੇ ਵਿੱਚ ਮਾਪੇ ਬੈਠੇ ਆ ਕਿ ਭਾਈ ਸਾਡੇ ਬੱਚੇ ਉੱਥੇ ਉਹਨਾਂ ਦਾ ਬਣੂ ਕੀ ਦੋ ਚੀਜ਼ਾਂ ਬੜੀਆਂ ਸਮਝਣ ਵਾਲੀਆਂ ਤੁਹਾਡੇ ਬੱਚਿਆਂ ਦੇ ਕੋਲੇ ਮੌਕੇ ਹੈਗੇ ਆ ਜੇ ਉਹ ਚਲੇ ਗਏ ਆ ਪਰ ਉਹਨਾਂ ਨੂੰ ਥੋੜੀ ਜਿਹੀ ਹੋਰ ਮਿਹਨਤ ਕਰਨੀ ਪਊ ਹੁਣ ਸਖਤੀ ਕਾਦੀ ਹੈ ਜੇ ਕੋ ਬੰਦਾ ਸੈਰਸਪਾਟੇ ਦਾ ਵੀਜ਼ਾ ਲਵਾ ਕੇ ਗਿਆ ਕਿ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਮਿਲਣ ਚੱਲੇ ਆਂ ਜੀ ਮੇਰੇ ਕੋਲ ਤਾਂ ਇੱਥੇ ਪੈਸੇ ਬੜੇ ਨੇ ਹੀ ਇਹ ਕਹਿ ਕੇ ਜਾਂਦੇ ਆ ਮੇਰੇ ਕੋਲ ਤਾਂ ਇੰਡੀਆ 'ਚ ਪੈਸੇ ਬਹੁਤ ਆ ਅਸੀਂ ਫੰਡ ਦਿਖਾਉਨੇ ਆ ਤੇ ਉੱਥੇ ਜਾ ਕੇ ਆਪਣੇ ਬੰਦੇ ਕੰਮ ਕਰਦੇ ਆ ਕਈ ਚਲੋ ਮਜਬੂਰੀ 'ਚ ਆ ਜਾਂ ਕਿਵੇਂ ਆ ਆਪਾਂ ਉਧਰ ਨਹੀਂ ਜਾਂਦੇ ਜੇ ਹੁਣ ਟੂਰਿਸਟ ਵੀਜ਼ੇ ਤੇ ਜਾਂ ਸੈਰ ਦੇ ਉੱਤੇ ਵੀਜ਼ੇ ਦੇ ਉੱਤੇ ਗਏ ਹੋਏ ਬੰਦਿਆਂ ਨੂੰ ਉਹ ਕੰਮ ਕਰਨ ਤੋਂ ਰੋਕਦੇ ਆ ਤਾਂ ਕਾਦੀ ਸਖਤੀ ਹੈ ਉਹਨਾਂ ਦਾ ਕਾਨੂੰਨ ਹੈ ਪਹਿਲਾਂ ਥੋੜਝੋ ਬਹੁਤਾ ਨਹੀਂ ਸੀ ਝਾਕਦੇ ਹੁਣ ਬੇਰੋਜ਼ਗਾਰੀ ਵਧੀ ਹੈ ਤੇ ਉਹ ਕਹਿੰਦੇ ਭਾਈ ਗਲਤ ਤਰੀਕੇ ਨਾਲ ਕੰਮ ਨਾ ਕਰੋ ਸਾਨੂੰ ਉਹ ਸਖਤੀ ਲੱਗਦੀ ਹੈ ਨੰਬਰ 2 ਜੇ ਹੁਣ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਇਹ ਗੱਲ ਲਾਗੂ ਕੀਤੀ ਹੈ ਕਿ ਭਾਈ ਤੁਸੀਂ ਆਇਲਸ ਜਿਹੜਾ ਉਹ ਦੁਬਾਰਾ ਕਰਨਾ ਹੈ ਅੰਗਰੇਜ਼ੀ ਦਾ ਟੈਸਟ ਦੁਬਾਰਾ ਦੇਣਾ ਜਦੋਂ ਤੁਹਾਡੀ ਪੜ੍ਹਾਈ ਮੁਕੰਮਲ ਹੋ ਗਈ ਇੱਕ ਦਿਨ ਦਾ ਟੈਸਟ ਹੈ ਮੇਰੇ ਖਿਆਲ 2 250 300 ਡਾਲਰ ਲੱਗਦਾ ਹੁਣ ਯਾਨੀ ਐਡੀ ਵੀ ਵੱਡੀ ਗੱਲ ਨਹੀਂ ਹੈ ਕਿ ਉਹਨਾਂ ਨੇ ਕੋਈ ਕੰਧ ਖੜੀ ਕਰ ਦਿੱਤੀ ਹੋਵੇ ਜੇ ਉਹ ਕਹਿੰਦੇ ਆ ਕਿ ਭਾਈ ਪੁਆਇੰਟ ਸਿਸਟਮ ਅਸੀਂ ਕਰ ਦਿੱਤਾ ਅਸੀਂ ਪਹਿਲਾਂ ਜਿਹੜੇ ਆ ਚੁੱਕੇ ਲੋਕ ਨੇ ਉਹਨਾਂ ਨੂੰ ਐਡਜਸਟ ਕਰਨਾ ਉਸ ਸਿਸਟਮ ਚ ਉਹਨਾਂ ਨੇ ਬਿਲਕੁਲ ਵੀ ਕਿਤੇ ਲਾਲ ਲਕੀਰ ਨਹੀਂ ਖਿੱਚਤੀ ਕਿ ਕੋਈ ਬੰਦਾ ਹੁਣ ਨਵਾਂ ਇੱਥੇ ਵੜ ਨਹੀਂ ਸਕਦਾ ਜਾਂ ਨਵਾਂ ਆਇਆ ਬੰਦਾ ਪੱਕਾ ਨਹੀਂ ਹੋ ਸਕਦਾ ਹਾਂ ਉਹਨਾਂ ਨੇ ਕੁਝ ਰੂਪ ਬਦਲਿਆ ਉਸ ਬਦਲੇ ਹੋਏ ਰੂਪ ਦੇ ਉੱਤੇ ਨਜ਼ਰ ਰੱਖ ਕੇ ਸਾਡੇ ਜਿਹੜੇ ਬੱਚੇ ਨੇ ਉਹ ਆਪ ਧਿਆਨ ਦੇਣ ਕਿ ਸਾਨੂੰ ਪੜ੍ਹਾਈ ਦੇ ਨਾਲੋਂ ਨਾਲ ਕੀ ਕਰਨਾ ਚਾਹੀਦਾ ਜਿਹਦੇ ਨਾਲ ਕਿ ਅਸੀਂ ਉਸ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਸਕੀ ਕਿਉਂਕਿ ਅਗਲੇ ਨੇ ਦੇਸ਼ ਵੀ ਤਾਂ ਬਚਾਉਣਾ ਨਾ ਹੁਣ ਸਖਤੀ ਜਿਹੜੀ ਹੈ ਕਦੇ ਨਰਮੀ ਸੀ ਹੁਣ ਸਖਤੀ ਹੋ ਗਈ ਗਾਹਾਂ ਨੂੰ ਫੇਰ ਨਰਮੀ ਹੋ ਜੂ ਪਰ ਜੇ ਉਹਦੇ ਲਈ ਆਪਾਂ ਮਾਨਸਿਕ ਤੌਰ ਦੇ ਉੱਤੇ ਤਣਾਅ ਦਾ ਸ਼ਿਕਾਰ ਹੋ ਜਾਈਏ ਜਾਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਲੱਗ ਜਾਈਏ ਜਦੋਂ ਪਰੇਸ਼ਾਨੀ ਆ ਜਾਂਦੀ ਹੈ ਫਿਰ ਸੰਘਰਸ਼ ਨਹੀਂ ਕੀਤਾ ਜਾਂਦਾ ਪਰ ਅਸੀਂ ਫੇਰ ਬੇਨਤੀ ਕਰਦੇ ਹਾਂ ਕਿ ਭਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹੋ ਕਾਨੂੰਨ ਨੂੰ ਇੱਧਰ ਉੱਧਰ ਨਾ ਕਰੋ ਖਾਸ ਤੌਰ ਤੇ ਬੱਚੇ ਅਸੀਂ ਉਹਨਾਂ ਦੇ ਮਾਪੇ-ਬਾਪ ਨੂੰ ਵੀ ਕਹਿੰਨੇ ਆ ਤੁਸੀਂ ਆਪਦੇ ਬੱਚੇ ਨੂੰ ਬਾਰ-ਬਾਰ ਇਹ ਗੱਲ ਕਹੋ ਅਸਾਈਨਮੈਂਟ ਕਿਤੇ ਉਹ ਕਾਪੀ ਕਰਕੇ ਨਹੀਂ ਬਣਾਉਣੀ AI ਤੋਂ ਨਹੀਂ ਬਣਾਉਣੀ ਛੱਟ ਪਤਾ ਲੱਗ ਜਾਂਦਾ ਫਿਰ ਲਾਲਕੀਰ ਚ ਆਜੂ ਬੱਚਾ ਬੱਚਿਆਂ ਨੂੰ ਕਹੋ ਕਿ ਜਿੰਨਾ ਕੰਮ ਅਲਾਊਡ ਆ ਉਹੀ ਕਰਨ ਸਖਤੀ ਹੋਈ ਆ ਵੱਧ ਕੰਮ ਕਰਦੇ ਫੜੇ ਜਾਣਗੇ ਤਾਂ ਸਾਰੇ ਰਾਹ ਰਸਤੇ ਬੰਦ ਹੋ ਜਾਣਗੇ ਕਲਾਸਾਂ ਜ਼ਰੂਰ ਲਾਉਣ ਕਿਉਂਕਿ ਜਮਾਤਾਂ ਲਾਉਣਗੇ ਚਾਰ ਅੱਖਰ ਖਾਨੇ ਚ ਪਹਿਣਗੇ ਕੋਈ ਗੱਲ ਨਹੀਂ ساری ਉਮਰ ਪੈਸੇ ਕਮਾਉਣ ਦੀ ਪਈ ਐ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਸੰਧਾਲੀਆਂ ਸਭ ਜੋ ਚੱਲਣਾ ਸ਼ੁਰੂ ਕਰਦਾਂਗੇ ਆ ਪਟਾਕਿਆਂ ਪਟੂਕਿਆਂ ਤੋਂ ਗਰੇਜ਼ ਕਰੀਏ ਇਸ ਝਗੜੇ ਦੇ ਵਿੱਚ ਬਿਲਕੁਲ ਨਾ ਪਿਓ ਕਿ ਨਵੇਂ ਨਿਆਣੇ ਆ ਕੇ ਚਲਾਉਂਦੇ ਆ ਜਾਂ ਉੱਥੋਂ ਦੇ ਜੰਪਲ ਬੱਚੇ ਚਲਾਉਂਦੇ ਆ ਕਿਉਂਕਿ ਲੜਾਈ ਦਾ ਮੁੱਦਾ ਇਹ ਨਹੀਂ ਲੜਾਈ ਕੁਝ ਹੋਰ ਹੈ ਦੇਖੋ ਸਾਫ਼ ਜੀ ਗੱਲ ਹੈ WhatsApp ਕਿ ਵੀ ਆ ਤੁਸੀਂ ਠੀਕ ਕਿਹਾ ਕਿ ਵੀ ਰਸਤੇ ਬੰਦ ਨਹੀਂ ਆ ਜਦੋਂ ਆਪਾਂ ਇਹ ਕਹਿੰਨੇ ਆ ਕਿ ਰਸਤੇ ਬੰਦ ਨਹੀਂ ਆ ਤੇ ਹੋ ਸਕਦਾ ਜਿੱਥੇ ਆਪਾਂ ਕੋ ਦੋ ਚਾਰ ਬੰਦਿਆਂ ਨੂੰ ਮਿਲਦੇ ਹੋਈਏ ਉਹ ਆਸੇ ਪਾਸੇ ਵਾਲੇ ਨੈਗੇਟਿਵ ਹੋਣ ਤੇ ਉਹਨਾਂ ਦੀ ਸੋਚ ਵੀ ਉਹੋ ਜੀ ਹੋਵੇ ਕਿ ਨਹੀਂ ਹੈ ਨਹੀਂ ਕੁਝ ਵੀ ਜਾਂ ਮੇਰੇ ਕੋਲ ਕੋਈ ਨਾ ਜਾਣਕਾਰੀ ਉਹ ਨਹੀਂ ਕਿ ਹੁੰਦੀ ਆ ਉਹ ਚਾਹ ਆਪ ਕਦੀ ਲਾਗ ਲਈ ਸ਼ਹਿਰ ਤੱਕ ਨਹੀਂ ਗਿਆ ਹੁੰਦਾ ਤੇ ਉਹ ਕਹਿੰਦਾ ਪਾਜੀ ਖਤਮ ਹੋ ਗਿਆ ਹੁਣ ਤੇ ਬਿਲਕੁਲ ਹੀ ਮੁੱਕ ਗਿਆ account ਕੀ ਦੱਸਾਂ ਵੀਰ ਤੈਨੂੰ ਬੱਸ ਹੁਣ ਨਹੀਂ ਕਰਨ ਬਾਣਾ ਕੁਝ ਵੀ ਉਹਦੇ ਨਾਲੋਂ ਚੰਗਾ ਥੋੜਾ ਜਿਹਾ ਕਿਉਂਕਿ ਜੇ ਆਪਾਂ ਪਿੰਡ ਛੱਡ ਜਾਂਦੇ ਆ ਤੇ ਪਿੰਡੋਂ ਚੜ ਕੇ ਤੁਸੀਂ ਬੱਸੇ ਬਹਿ ਗਏ ਉਦੋਂ ਬਾਅਦ ਤੇ ਬਸ ਤੇ ਆ ਜਿੱਥੋਂ ਮੰਨ ਲਓ ਬੱਸ ਤੁਹਾਨੂੰ ਇੱਕ ਥਾਂ ਤੋਂ ਨਹੀਂ ਮਿਲਦੀ ਦੂਜੀ ਥਾਂ ਲੈ ਲੋ ਦੂਜੀ ਥਾਂ ਤੋਂ ਨਹੀਂ ਮਿਲਦੀ ਤੀਜੀ ਥਾਂ ਲੈ ਲੋ ਇੱਕ ਸ਼ਹਿਰ ਨਹੀਂ ਦੂਜਾ ਦੂਜਾ ਨਹੀਂ ਤੀਜਾ ਤੀਜਾ ਨਹੀਂ ਚੌਥਾ ਜਦੋਂ ਚਾਲੀ ਪਏ ਤੇ ਫਿਰ ਮੰਜ਼ਿਲ ਪਾਉਣ ਦੇ ਲਈ ਆਪਾਂ ਨੂੰ ਇੱਕ ਹੀ ਥਾਂ ਬਹਿਣਾ ਰੁਕਣਾ ਨਾਲਦਿਆਂ ਦੀਆਂ ਉਹ ਟੈਂਦੀ ਕਲਾ ਦੀਆਂ ਵਾਲੀਆਂ ਗੱਲਾਂ ਸੁਣਨ ਦੀ ਹੋੜ ਦੀ ਹੈਗੀ ਥੋੜਾ ਜਿਹਾ ਜੇਕਰ ਤੁਸੀਂ ਆਸਾ-ਪਾਸਾ ਦੇਖੋਗੇ ਤਾਂ ਮੈਂ ਇੱਕ ਰਾ ਅੱਗੇ ਵੀ ਕੇਹੜਾ ਜ਼ਿਕਰ ਕਰਦਾ ਨਾ ਫਿਰ ਕਰ ਦਿੰਦਾ ਵੀ ਦੁਨੀਆ ਦਾ ਦੂਸਰੇ ਨੰਬਰ ਦਾ ਸਭ ਤੋਂ ਖੇਤਰਫਲ ਵਾਈਜ਼ ਮੁਲਕ ਆ ਯਾਨੀ ਕਿ ਐਡਾ ਵੱਡਾ ਮੁਲਕ ਆ ਵੀ 4 1/2 ਘੰਟਿਆਂ ਦਾ ਸੂਰਜ ਹੀ ਫਰਕ ਪਾ ਜਾਂਦਾ ਟਾਈਮ ਦੇ ਹਿਸਾਬ ਨਾਲ ਤੇ ਜੇ ਫਿਰ ਵੀ ਆਪਾਂ ਨੂੰ ਲੱਗਦਾ ਵੀ ਐਡੀ ਵੱਡੀ ਵਿਸ਼ਾਲ ਧਰਤੀ 'ਚ ਆਪਾਂ ਨੂੰ ਆਪਣੇ ਇੱਕ ਮਤਲਬ ਦਾ ਕੰਮ ਆਪਣੇ ਮਤਲਬ ਦਾ ਕੋਈ ਰਹਿਣ ਸਹਿਣ ਨਹੀਂ ਮਿਲੂਗਾ ਤੇ ਫਿਰ ਹੀ ਕਿਤਨਾ ਕਿਤੇ ਆਪਣਾ ਪਲੇਖਾ oportunidades ਬਹੁਤ ਨੇ ਲੱਭਣੀਆਂ ਪੈਣੀਆਂ ਪਰ ਸਹੀ ਰਾਹ ਤੇ ਚੱਲ ਕੇ ਆ ਦੂਜੀ ਰਾਤ ਨੂੰ ਥੋੜਾ ਜਿਹਾ ਗਰੀਜ਼ ਕਰਿਓ ਕਿਉਂਕਿ ਜੋ ਉਧਰ ਨੂੰ ਪੈ ਗਏ ਤੇ ਫਿਰ ਰੋਣਾ ਹੀ ਆ ਹੋਰ ਕੁਛ ਨਹੀਂ ਸੰਧਾਲੀਆ ਸਭ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਸੰਕਟ ਹੈ ਇਹਦੇ ਵਿੱਚ ਕੋਈ ਦੂਰਾ ਹੀ ਨਹੀਂ ਕਿੰਨੀ ਵਾਰੀ ਰੌਲਾ ਪੈ ਗਿਆ ਕਿ ਖਾਦਾਂ ਨਕਲੀ ਆ ਕਿੰਨੀ ਵਾਰੀ ਰੌਲਾ ਪੈ ਗਿਆ ਕਿ ਡੀਏਪੀ ਥੋੜਾ ਕਿੰਨੀ ਵਾਰੀ ਰੌਲਾ ਪੈ ਗਿਆ ਕਿ ਜਦੋਂ ਖਾਦ ਖਰੀਦਣ ਜਾਂਦੇ ਆ ਤੇ ਕਈ ਵੇਚਣ ਵਾਲੇ ਕਹਿ ਦਿੰਦੇ ਆ ਜੀ ਆ ਦਵਾਈ ਤਾਂ ਤੁਹਾਨੂੰ ਨਾਲ ਲੈ ਕੇ ਜਾਣੀ ਸਾਨੂੰ ਵੀ ਪਿੱਛੇ ਉੜੀ ਆ ਉਹ ਕਿਸਾਨ ਦੇ ਲਈ ਸਾਰਾ ਕੁਝ ਸੰਕਟਮਈ ਹੈ ਹੁਣ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਡਿਪਾਰਟਮੈਂਟ ਦਾ 9855501070 9835501070 9855501070 ਮੈਂ ਨੰਬਰ ਇਸ ਕਰਕੇ ਬੋਲਿਆ ਕਿ ਹੋ ਸਕਦਾ ਪੰਜਾਬ ਚ ਬੈਠੇ ਕਿਸੇ ਵਿਅਕਤੀ ਨੂੰ ਨਾ ਪਤਾ ਲੱਗੇ ਹੁਣ ਇਹਦੇ ਤੇ 3-4 ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਤੇ ਸੰਧਾਲੀਆਂ ਸਭ ਕਰਨੀਆਂ ਚਾਹੀਦੀਆਂ ਸ਼ਿਕਾਇਤਾਂ ਇਕੱਲਾ ਟੈਲੀਫੋਨ ਨੰਬਰ ਨਾਲ ਗੱਲ ਨਹੀਂ ਬਣਨੀ WhatsApp ਨੰਬਰ ਹੈ ਉਹਦੇ ਤੇ ਅਮਲ ਹੋਣ ਦੀ ਵੀ ਅਸੀਂ ਉਮੀਦ ਕਰਦੇ ਹਾਂ ਕਿ ਮੰਤਰੀ ਸਾਹਿਬ ਇਹ ਤੇ ਅਮਲ ਕਰਾਉਣਗੇ ਹੁਣ ਪਹਿਲੀ ਗੱਲ ਉਹ ਕਹਿੰਦੇ ਜੇ ਧੱਕੇ ਨਾਲ ਕੋਈ ਬੰਦਾ ਵੇਚਣ ਵਾਲਾ ਤੁਹਾਨੂੰ ਆਖੇ ਕਿ ਭਾਈ ਜੇ ਖਾਦ ਤਾਂ ਮਿਲਣਾ ਨਾਲ ਤੁਹਾਨੂੰ ਆ ਦਵਾਈ ਜ਼ਰੂਰ ਲੈ ਜਾਣੀ ਪੈਣੀ ਹੈ ਚਾਹੀਦੀ ਨਹੀਂ ਕਿਸਾਨ ਨੂੰ ਪਰ ਉਹ ਨਾਲ ਵੇਚੀ ਜਾਂਦੀ ਹੈ ਉਹ ਕਹਿੰਦੇ ਜੀ ਸਾਨੂੰ ਪਿੱਛੇ ਆਉਂਦੀ ਅਸੀਂ ਦੱਸੋ ਕੀ ਕਰੀਏ ਨੰਬਰ 2 ਉਹ ਕਹਿੰਦੇ ਜਿਹੜਾ ਵੀ ਡੀਪੀ ਦਾ ਭਾਅ ਨਿਰਧਾਰਤ ਹੈ ਕੀਮਤ ਜਿਹੜੀ ਉਹਦੀ ਹੈ ਵਾਜਿਬ ਕੀਮਤ ਜੇ ਉਹਦੇ ਤੋਂ 1 ਰੁਪਈਆ ਵੀ ਕੋ ਵੱਧ ਮੰਗਦਾ ਨਾ ਤੁਹਾਡੇ ਕੋਲੋਂ ਉਹ ਗਲਤ ਹੈ ਉਹ ਗੈਰਕਾਨੂੰਨੀ ਹੈ ਤੇ ਤੁਸੀਂ ਤੁਰੰਤ ਸਾਨੂੰ ਇਸ WhatsApp ਨੰਬਰ ਦੇ ਉੱਤੇ ਉਹਦੀ ਕੰਪਲੇਂਟ ਕਰਨੀ ਆ ਨੰਬਰ 3 ਉਹ ਕਹਿੰਦੇ ਡੀਏਪੀ ਦੀ ਖਾਦਾਂ ਦੀ ਕਈ ਵਾਰੀ ਕਿਲਤ ਹੋ ਜਾਂਦੀ ਹੈ ਤੇ ਇਹ ਵੀ ਪਤਾ ਲੱਗਦਾ ਰਹਿੰਦਾ ਕਿ ਕੁਝ ਇੱਕ ਬੰਦਿਆਂ ਨੇ ਉਹ ਖਾਦਾਂ ਸਟੋਰ ਕਰਕੇ ਗੈਰਕਾਨੂੰਨੀ ਤਰੀਕੇ ਜ਼ਖੀਰਾ ਬਣਾਇਆ ਹੁੰਦਾ ਉਹਨਾਂ ਦਾ ਭੰਡਾਰਨ ਕਰ ਲੈਂਦੇ ਆ ਕਿ ਪਾਈ ਪਹਿਲਾਂ ਕਿਲਤ ਪੈਦਾ ਕਰਦੇ ਆਗੇ ਸਾਰਾ ਕੁਝ ਸਟਾਕ ਕਰ ਲਈਏ ਜਦੋਂ ਕਮੀ ਪੈਦਾ ਹੋਏਗੀ ਲੋਕ ਜਿਹੜੇ ਆ ਅਸੁਰੱਖਿਤ ਮਹਿਸੂਸ ਕਰਨਗੇ ਫਿਰ ਵੱਧ ਕੀਮਤ ਦੇ ਉੱਤੇ ਵੇਚਦੇ ਆਂਗੇ ਉਹ ਕਹਿੰਦੇ ਜੇ ਗੈਰ ਕਾਨੂੰਨੀ ਤਰੀਕੇ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਨੇ ਖਾਦਾਂ ਦਾ ਭੰਡਾਰ ਕੀਤਾ ਹੋਇਆ ਤਾਂ ਤੁਸੀਂ ਤੁਰੰਤ ਇਸੇ WhatsApp ਨੰਬਰ ਦੇ ਉੱਤੇ ਸਾਨੂੰ ਸੂਚਨਾ ਦਿਓ ਗੱਲ ਚੰਗੀ ਆ ਵਧੀਆ ਲੁੜਿੰਦੀ ਸੀ ਕਿਸਾਨ ਦੇ ਗਲ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਉੱਥੋਂ ਪਤਾ ਲੱਗੂ ਤਾਂ ਪਤਾ ਲੱਗ ਜੂ ਦੁਕਾਨਦਾਰ ਆਪ ਵੇਚਦਾ ਕਿ ਉਹਦੇ ਵੀ ਗਲ ਪਈ ਹੈ ਸਿਸਟਮ ਸੁਧਰਨ ਨਾਲ ਵੱਧ ਸਕਦਾ ਪਰ ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕਿ ਤੁਸੀਂ WhatsApp ਨੰਬਰ ਦੇ ਦਿੱਤਾ ਹੁਣ ਉਹਦੇ ਉੱਤੇ ਪ੍ਰੈਕਟੀਕਲੀ ਇਮਾਨਦਾਰੀ ਦੇ ਨਾਲ ਕਿਤੇ ਅਮਲ ਹੋ ਜਵੇ ਤਾਂ ਬਹਿ ਜਾ ਬਹਿ ਜਾ ਇੱਕ ਬੇਨਤੀ ਹੋਰ ਮੇਰਾ ਖਲਮਾਪਾ ਕਿਸਾਨ ਭਰਾਵਾਂ ਨੂੰ ਕਰ ਦੰਨੇ ਆ ਉਹ ਇਹ ਆ ਕਿ ਵੀ ਆਪਾਂ ਕਈ ਵਾਰ ਸੋਚਦੇ ਹੁੰਨੇ ਆ ਪੀ ਆਰ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਜੰਮੇ ਜਾਏ ਨਾ ਗੁਲਾਮੀ ਨਹੀਂ ਚੱਲਦੀ ਹੁਣ ਹੋ ਸਕਦਾ ਜਾਂ ਤੇ ਆਪਾਂ ਨੂੰ ਇਹ ਇੱਕ ਲਾਈਨ ਜਿਹੜੀ ਵੈਸੇ ਕਿਤੇ ਇਧਰ ਉਧਰ ਕਿਤਾਬਾਂ 'ਚ ਪੜ੍ਹਨ ਮਿਲਦੀ ਜਾਂ ਫਿਰ ਆਪਾਂ ਗੁਲਾਮੀ ਉਹੀ ਸਮਝਦੇ ਆ ਜਿਹੜੀ ਇਸ ਤੋਂ ਪਹਿਲਾਂ ਗੋਰਿਆਂ ਦੇ ਰਾਜ ਵੇਲੇ ਸੀਗੀ ਉਹਨਾਂ ਆ ਵੀ ਇੱਕ ਤਰ੍ਹਾਂ ਦੀ ਗੁਲਾਮੀ ਹੈ ਨਾ ਕਿ ਜ਼ਮੀਨ ਆਪਣੀ ਮਿਹਨਤ ਆਪਣੀ ਸਾਰਾ ਕੁਝ ਆਪਣਾ ਪਰ ਉਹਦੇ باوجود ਆਪਣੀ ਗੁਲਾਮੀ ਇਹ ਹੈ ਕਿ ਜਿਹੜੀ ਖਾਦ ਪਾਏ ਬਿਨਾ ਉਹ ਫਸਲ ਹੋਣੀ ਉਹ ਕਿਸੇ ਹੋਰ ਨੇ ਦੇਣੀ ਤੇ ਕੀ ਆਪਾਂ ਇਸ ਗੁਲਾਮੀ ਤੋਂ ਨਿਕਲ ਨਹੀਂ ਸਕਦੇ ਕਿਉਂਕਿ ਐਡੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਤੱਕ ਖਾਦਾ ਨਹੀਂ ਸੀ ਆਇਆ ਜਦੋਂ ਤੱਕ ਕਿ ਸਾਰਾ ਕੁਝ ਦਵਾਈਆਂ ਨਾਸ਼ਕ ਨਹੀਂ ਸੀ ਆਏ ਉਨੀ ਦੇਰ ਤੱਕ ਤੇ ਫਸਲਾਂ ਨਹੀਂ ਸੀ ਹੁੰਦੀਆਂ ਅੱਜ ਦੀ ਡੇਟ ਦੇ ਵਿੱਚ ਵੀ ਆਰਗੈਨਿਕ ਖੇਤੀ ਹੁੰਦੀ ਹੈ ਤੂੰ ਮੈਨੂੰ ਲੱਗਦਾ ਵੀ ਇਹ ਇਸ ਖਾਦਾਂ ਦੀ ਇਸ ਸਪੈਸ਼ਲਟੀਸਾਈਡ ਇਨਸੈਕਟੀਸਾਈਡ ਦੀ ਗੁਲਾਮੀ ਤੋਂ ਵੀ ਖੜਾ ਛਡਾਉਣ ਵਾਲੇ ਪਾਸੇ ਤੁਰਨਾ ਚਾਹੀਦਾ ਹਾਂ ਮੈਨਿਆਂ ਦਾ ਵੀ ਅੱਜ ਜੇ ਮੰਨ ਲਓ ਦੋ ਕਿੱਲੇ ਦਾ ਦੂਰ ਦੇ ਦੋ ਹੀ ਆਪਾਂ ਮੁਰਕੇ ਛੱਡ ਦਵਾਂਗੇ ਜੀ ਮੁਰਕੇ ਉਹਦੇ ਵਿੱਚ ਹੋਵੇ ਖੁਸ਼ ਨਾ ਪਰ ਹੌਲੀ-ਹੌਲੀ ਹੌਲੀ-ਹੌਲੀ ਕਿਤਨਾ-ਕਿਤਨੇ ਸ਼ੁਰੂਆਤ ਕਰਨੀ ਪਊਗੀ ਉਹ ਭਾਵੇਂ ਕਨਾਲ ਥਾਂ ਤੋਂ ਹੋ ਜਵੇ ਭਾਵੇਂ ਅੱਧੇ ਕਿੱਲੇ ਤੋਂ ਹੋ ਜਵੇ ਪਰ ਜੇ ਉਧਰ ਨੂੰ ਤੁਰਾਂਗੇ ਤੇ ਫਿਰ ਆਪਣਾ ਇੱਕ ਤੇ ਖਾਦਾਂ ਨੂੰ ਖੜਾ ਛੱਡ ਦੂ ਤੇ ਦੂਸਰਾ ਜਿਹੜੀਆਂ ਦਵਾਈਆਂ ਆਪਾਂ ਖਾਣੇ ਆ ਬਿਮਾਰੀਆਂ ਦਾ ਉਹ ਤੋਂ ਵੀ ਖੜਾ ਛੁੱਟ ਸਕਦਾ ਸੰਦਾਲੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਇੱਕ ਗੱਲ ਦੇ ਉੱਤੇ ਚਰਚਾ ਕੀਤੀ ਸੀ ਉਹਦਾ ਨਾਂ ਰੱਖਿਆ ਸੀ ਡਿਜੀਟਲ ਅਰੈਸਟ ਹੁਣ ਅੱਜ ਆਪਾਂ ਯਤਨ ਕਰਨਾ ਕਿ ਜਿੰਨੇ ਵੀ ਪ੍ਰਾਈਮੇਰੀ ਸ਼ਾ ਟੀਵੀ ਦੇ ਮੈਂਬਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੁਣ ਰਹੇ ਆ ਜਾਂ ਵਿਦੇਸ਼ਾਂ ਚੋਂ ਸੁਣ ਰਹੇ ਆ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਧਿਆਨ ਇਧਰਲੇ ਪਾਸੇ ਜ਼ਰੂਰ ਦਿਵਾਓ ਹੁਣ ਹੋਕ ਹੀ ਰਿਹਾ ਬਹੁਤ ਸਾਰੇ ਲੋਕਾਂ ਨੂੰ ਟੈਲੀਫੋਨ ਆ ਰਹੇ ਨੇ WhatsApp ਕਾਲ ਆ ਰਹੀ ਹੈ ਵੀਡੀਓ ਕਾਲ ਆਡੀਓ ਕਾਲ ਤੇ ਹਰ ਇੱਕ ਬੰਦਾ ਜ਼ਿਆਦਾ ਪੜਿਆ ਲਿਖਿਆ ਨਹੀਂ ਹੁੰਦਾ। ਕਈ ਵਾਰੀ ਪੜਿਆ ਲਿਖਿਆ ਬੰਦਾ ਵੀ ਕਬਰਾ ਸਕਦਾ। ਹੋਕ ਹੀ ਰਿਹਾ ਟੈਲੀਫੋਨ ਆਉਂਦਾ ਤੇ ਉਹ ਕਹਿੰਦੇ ਜੀ ਤੁਹਾਡੇ ਬੈਂਕ ਖਾਤੇ 'ਚ ਪੈਸੇ ਆ। ਤੁਸੀਂ ਫਰਾਡ ਕੀਤਾ ਪੈਸੇ ਦੋ ਨੰਬਰ ਦੇ ਆ। ਮੈਂ ਐਸ ਏਜੰਸੀ ਦਾ ਆ ਅਧਿਕਾਰੀ ਬੋਲਦਾ। ਤੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਉਣ ਲੱਗੇ ਆ। ਪੈਂਦੀ ਸੱਟੇ ਹੀ ਪਰਚਾ ਦਰਜ ਹੋਣ ਦਾ ਕੇਸ ਦਰਜ ਹੋਣ ਦਾ ਡਰਾਵਾ ਦਿੰਦੇ ਆ। ਉਹਦੇ ਤੋਂ ਬਾਅਦ ਗ੍ਰਿਫਤਾਰੀ ਦਾ ਡਰਾਵਾ ਦਿੰਦੇ ਆ ਤੇ ਕਹਿੰਦੇ ਆ ਕਿ ਆਉਣ ਲੱਗੇ ਆ। ਜਿਹੜੇ ਤਾਂ ਲੋਕ ਡਰ ਜਾਂਦੇ ਆ ਉਹਨਾਂ ਤੋਂ ਫਿਰ ਹੌਲੀ ਸੱਜੇ ਉਹਨਾਂ ਨੂੰ ਖਿਹੜਾ ਛੱਡਣ ਦੀ ਗੱਲ ਕਹਿ ਕੇ ਉਹਨਾਂ ਤੋਂ ਬੈਂਕ ਦਾ ਆਤਾ ਪਤਾ ਲੈਂਦੇ ਆ ਜਦੋਂ ਤੁਹਾਡਾ ਬੈਂਕ ਦਾ ਆਤਾ ਪਤਾ ਆਧਾਰ ਕਾਰਡ ਤੇ ਜੇਬੂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉਹ ਮੰਗਦੇ ਆ ਤਾਂ ਫਿਰ ਉਹ ਕਹਿੰਦੇ ਜੀ ਤੁਹਾਡੇ ਫੋਨ ਦੇ ਉੱਤੇ ਹੁਣੇ ਇੱਕ ਪਾਸਵਰਡ ਆਇਆ ਹੁਣ ਵਨ ਟਾਈਮ ਪਾਸਵਰਡ OTP ਹੁਣੇ ਦੱਸੋ ਤੇ ਜਦੋਂ ਬੰਦਾ ਉਹ ਦੱਸ ਦਿੰਦਾ ਤੇ ਕਈ ਵਾਰੀ ਤਾਂ ਬੈਂਕ ਖਾਤਾ ਅਗਲੇ ਆਪੇ ਹੀ ਸਾਫ਼ ਕਰ ਦਿੰਦੇ ਤੁਹਾਡਾ ਤੇ ਕਈ ਵਾਰੀ ਤੁਹਾਨੂੰ ਹੀ ਇੰਨਾ ਆਪਣੇ ਬਲਾਮੇ ਦੇ ਵਿੱਚੋਂ ਲੈ ਲੈਂਦੇ ਆ ਡਿਜੀਟਲ ਅਰੈਸਟ ਕਰਕੇ ਕਿ ਤੁਸੀਂ ਆਪ ਹੀ ਉਹਨਾਂ ਦੇ ਖਾਤਿਆਂ 'ਚ ਪੈਸੇ ਸੈਂਡ ਕਰ ਦਿੰਨੇ ਹੋ ਹੁਣ ਚਨਈ ਦੇ ਨੇੜੇ ਦੀ ਇੱਕ ਘਟਨਾ ਐ ਐਲ ਆਈ ਸੀ ਦਾ ਅਧਿਕਾਰੀ ਰਹਿ ਚੁੱਕਿਆ ਬੰਦਾ ਉਹਨੂੰ ਵੀ ਟੈਲੀਫੋਨ ਆਉਂਦਾ ਕਿ ਮੈਂ ਪਾਈ ਐਸ ਵੱਡੀ ਏਜੰਸੀ ਦਾ ਅਧਿਕਾਰੀ ਬੋਲਦਾ ਤੁਹਾਡੇ ਕੋਲੇ ਹਵਾਲੇ ਦੇ ਪੈਸੇ ਆ ਮਨੀ ਲਾਂਡਰਿੰਗ ਦੇ ਪੈਸੇ ਆ ਇੰਨਾ ਡਰਾ ਲਿਆ ਜਾਂਦਾ ਉਹਨੂੰ ਉਹ 80 ਲੱਖ ਰੁਪਈਆ ਇੱਕੜੀ ट्रांजैक्शन ਕਰਦਾ 20 ਲੱਖ ਰੁਪਈਆ ਇੱਕੜੀ 7-8 ਘੰਟੇ ਉਹਨੂੰ ਲਗਾਤਾਰ ਆਪਣੇ ਕਨੈਕਸ਼ਨ 'ਚ ਰੱਖਦੇ ਆ ਤੇ ਕਰੋੜ ਰੁਪਈਆ ਟਰਾਂਸਫਰ ਕਰਾ ਲੈਂਦੇ ਆ ਹੁਣ ਸੰਧਾਲੀਆ ਸਾਬ ਚਲੋ ਜਦੋਂ ਨੂੰ ਅਹਿਸਾਸ ਹੋਇਆ ਕਿ ਮੈਨੂੰ ਤਾਂ ਲੱਗਦਾ ਭੁਲੇਖਾ ਮੈਨੂੰ ਤਾਂ ਲੱਗਦਾ ਲੁੱਟ ਲਿਆ ਉਹ ਚन्नई ਪੁਲਿਸ ਦੇ ਕੋਲੇ ਗਿਆ ਜਾਂਚ ਪੜਤਾਲ ਹੋਈ ਪੈਸੇ ਚੰਡੀਗੜ੍ਹ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਹੋਏ ਸੰਧਾਲੀਆ ਸਾਬ ਚੰਡੀਗੜ੍ਹ ਦੇ ਬੈਂਕ ਖਾਤਿਆਂ 'ਚ ਤੇ ਜਦੋਂ ਚੰਡੀਗੜ੍ਹ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਹੋਏ ਦੋ ਬੰਦੇ ਫੜਲੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਨਾਲ ਕੰਟੈਕਟ ਕੀਤਾ ਤੇ ਜਿਹੜੇ ਦੋ ਫੜੇ ਉਹ ਕਹਿੰਦੇ ਜੀ ਮੇਰੇ ਤੋਂ ਤਾਂ ਇੱਕ ਬੰਦੇ ਨੇ ਮੇਰਾ ਬੈਂਕ ਖਾਤਾ ਉਧਾਰਾ ਲਿਆ ਸੀ ਤੇ ਮੈਨੂੰ ਲੱਖ ਰੁਪਈਆ ਦਿੱਤਾ ਕਿ ਤੂੰ ਆਪਣਾ ਖਾਤਾ ਖਾਲੀ ਕਰਕੇ ਮੈਨੂੰ ਦੇ ਦੇ ਤੈਨੂੰ ਲੱਖ ਰੁਪਈਆ ਦੇਾਂਗੇ ਮੈਂ ਥੋੜੀ ਜਿਹੀ ਪੈਸੇ ਨਵੇਂ ਪੁਰਾਣੇ ਕਰਨੇ ਆ। ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੇਰੇ ਬੈਂਕ ਖਾਤੇ 'ਚ ਹੋਈ ਕੀ ਜਾਂਦਾ। ਉਹਦੇ ਖਾਤੇ 'ਚ ਪੈਸੇ ਮਗਾ ਕੇ ਮੁੜ ਕੇ ਪੈਸੇ ਖੁਰਦ-ਮੁਰਦ ਕਰਕੇ ਬੰਦਾ ਫਰ ਰੋ ਗਿਆ ਫਸ ਗਿਆ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਦਾਂ ਦੀਆਂ ਕਾਲਾਂ ਆ ਰਹੀਆਂ ਹੁਣਗੀਆਂ ਜਾਂ ਆ ਜਾਣਗੀਆਂ। ਪਰ ਸਰਕਾਰ ਨੇ ਵੀ ਕਲੀਅਰ ਕਰ ਦਿੱਤਾ ਕਿ ਅਸੀਂ ਜੇ ਕਿਸੇ ਦੇ ਉੱਤੇ ਪਰਚਾ ਕਰਦੇ ਹਾਂ ਜਾਂ ਕਿਸੇ ਨੂੰ ਗ੍ਰਿਫਤਾਰ ਕਰਨਾ ਤਾਂ ਟੈਲੀਫੋਨ ਕਰਕੇ ਨਹੀਂ ਦੱਸਦੇ। ਤਾਂ ਜੇ ਕੋਈ ਤੁਹਾਡੇ ਤੋਂ ਟੈਲੀਫੋਨ ਕਰਕੇ ਇਦਾਂ ਦੀ ਧਮਕੀ ਦਿੰਦਾ ਹੈ ਜਾਂ ਤੁਹਾਨੂੰ ਡਰਾਉਂਦਾ ਤੁਸੀਂ ਭੋਰਾ ਨਹੀਂ ਡਰਨਾ। ਵੇਖੋ ਗੱਲ ਆ WhatsApp ਕੇ ਵੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੂੰ ਪਤਾ ਸੀ ਕਿ 80 ਲੱਖ ਵੀ ਉਹਦੇ ਕੋਲੇ ਹੈਗਾ ਉਹਦੇ ਕੋਲੇ 20 ਲੱਖ ਵੀ ਹੈਗਾ ਏਰੀਆ ਅਗਲੇ ਨੇ ਮਾੜਾ ਮੋਟਾ ਪਤਾ ਕੀਤਾ ਉਹਨ ਜੇ ਮਾਲਕ ਟੈਲੀਫੋਨ ਤੁਹਾਨੂੰ ਜਾਂ ਮਿਰਗ ਨੂੰ ਆ ਜੇ ਅਗਲਾ ਆਖੇ ਵੀਰ 10000 ਚਾਹੀਦਾ ਈ ਕਿਆ ਕਹਣਾ ਵੀ 10000 ਤਾਂ ਦਿਆਂਗੇ ਨਾ ਜੇ ਹੋਊਗਾ ਤੇ ਮੈਂ ਤਾਂ ਹੀ ਬੇਨਤੀ ਕਰਦੇ ਇੱਥੇ ਵੀ ਇਹ ਇਹ ਜੋ ਕੁਝ ਵੀ ਹੈਗਾ ਇਹ ਬੜੇ ਚਿਰ ਤੋਂ ਚੱਲਦਾ ਆ ਰਿਹਾ ਐਨ ਹੁਣ ਜਿਹੜਾ ਇਹਦੇ ਵਿੱਚ ਆ ਉਹਨਾਂ ਨੇ ਇੱਕ तरीका चेंज ਕੀਤਾ ਉਹਦੇ ਚ ਇਹ ਆ ਕਿ ਪਹਿਲਾਂ ਤੇ ਉਹ ਥੋੜੇ ਬਜ਼ੁਰਗ ਲੋਕ ਸੀਗੇ ਜਾਂ ਜਿਹੜੇ ਬਹੁਤੇ ਟੈਕਸੇ ਵੀ ਨਹੀਂ ਸੀ ਜਿਹਨੂੰ ਨਹੀਂ ਸੀ ਬਹੁਤੀ ਸਮਝ ਆਉਂਦੀ ਉਹਨਾਂ ਨੂੰ ਟਾਰਗੇਟ ਕਰਦੇ ਸੀ ਹੁਣ ਵਿੱਚੇ ਵਿੱਚ ਇੱਕ ਦੋ ਥਾਵਾਂ ਤੇ ਕੁਝ ਰਿਪੋਰਟਾਂ ਦੇ ਵਿੱਚ ਇਹ ਵੀ ਨਜ਼ਰ ਆਇਆ ਕਿ ਵੀ ਉਹ ਹੁਣ ਰੇਕੀ ਥੋੜੀ ਜੀ ਵੱਧ ਕਰਨ ਲੱਗ ਪਏ ਵੀ ਉਹ ਬੰਦਾ ਜਿਹਦੇ ਖਾਤੇ 'ਚ ਮਾਇਆ ਮੋਤੀ ਹੋਵੇ ਤੇ ਪਤਾ ਵੀ ਹੋਵੇ ਕੁਛ ਨਾ ਕੁਛ ABC D ਹੈਗਾ ਉਹਨੂੰ ਕਾਬੂ ਕਰਨਾ ਉਹਨੂੰ ਡਰਾਉਣਾ ਬੜਾ ਸੌਖਾ ਹੋ ਜਾਂਦਾ ਹੁਣ ਤੁਸੀਂ ਇਹ ਦੇਖੋ ਨਾ ਕਿ ਜੇ ਉਹਦੇ ਕੋਲੇ ਕੋਈ ABCD ਸੀ ਦੀ ਸੀ ਬੰਦੇ ਕੋਲੇ ਤਾਂ ਹੀ ਉਹਨੇ ਕਿਹਾ ਨਾ ਇਹ ਹੁਣ ਜੇ ਬੰਦਾ ਮੰਨ ਲਓ ਕਿ ਉਹਦਾ ਕਾਰੋਬਾਰੀ ਹੁਣ ਆਪਾਂ ਇੱਕ ਸਿੰਪਲ ਜੀ ਉਦਾਹਰਨ ਲੈ ਲੈਂਦੇ ਕੋਈ ਪਿੰਡ ਦਾ ਜਾਂ ਕੋਈ ਕਿਸੇ ਕਸਬੇ ਦਾ ਆਮ ਦੁਕਾਨਦਾਰ ਆ ਉਹਨੂੰ ਪਤਾ ਵੀਰ ਮੇਰਾ ਇੰਨਾ ਮੇਰਾ ਆਧਾਰ ਆ ਇੰਨਾ ਮੈਂ ਸਮਾਨ ਲੈ ਆ ਇੰਨਾ ਮੈਂ ਪਾ ਲੈ ਇੰਨੇ ਇੱਕ ਰੋਟੀ ਖਾ ਲਈ ਇੰਨੇ ਗੱਲੇ ਚ ਪਏ ਨੇ ਮੇਰੇ ਕੋਲੇ ਹੋਰ ਹੈ ਕੁਛ ਨਹੀਂ ਉਹਨੂੰ ਟੈਲੀਫੋਨ ਕਰਕੇ ਕਿਹੜਾ ਅਰੈਸਟ ਕਰ ਲੂਗਾ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਬਾਕੀ ਚਲੋ ਵੀ ਕਿਸੇ ਦੇ ਨਾਲ ਇਹੋ ਜਿਹਾ ਕੁਛ ਨਾ ਕੁਛ ਹੁੰਦਾ ਤੇ ਤੁਸੀਂ ਉਹਨੂੰ ਤੁਰੰਤ ਜੇ ਮਾਲੂ ਰਿਪੋਰਟ ਕਰਦੇ ਹੋ ਤੇ ਫਿਰ ਉਹਦੇ ਚ ਬਚਾਅ ਵੀ ਹੋ ਸਕਦਾ ਪਰ ਇਹਨਾਂ ਜ਼ਰੂਰ ਆ ਕਿ ਆਈਡੀ ਡੇਟ ਦੇ ਵਿੱਚ ਜੋ ਕੁਝ ਉਹਦੇ ਤੋਂ ਜਿੰਨਾ ਹੋ ਸਕੇ ਵਿਚਾਰ ਰੱਖੋ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜਦੋਂ ਆਪਾਂ ਟੈਲੀਫੋਨ ਨਿਆਣੇ ਨੂੰ ਦੇ ਦਿੰਨੇ ਆ ਨਾ ਉਹ ਕਹਿੰਦਾ ਜੀ ਮੈਂ ਗੇਮ ਖੇਡਣੀ ਆ ਉਹ ਕਹਿੰਦਾ ਜੀ ਮੈਂ ਇਤਿਆਹ ਕਰਨਾ ਉਹ ਕਹਿੰਦਾ ਚੈੱਕ ਕਰ ਲਾ ਉਹਨੇ ਕੁਝ ਪਤਾ ਨਹੀਂ ਕਿਹੜਾ ਬਟਨ ਲਪਣਾ ਕੁਝ ਪਤਾ ਨਹੀਂ ਕਿਹੜੀ ਐਪ ਉਹਨੇ ਖੋਲਣੀਆਂ ਉਸ ਐਪ ਤੋਂ ਐਡ ਦੇ ਰੂਪ ਦੇ ਵਿੱਚ ਕਿਹੜੀ ਕਿਹੜਾ ਲਿੰਕ ਉਹਨਾਂ ਨੇ ਤੁਹਾਨੂੰ ਭੇਜਣਾ ਨਿਆਣੇ ਨੇ ਅਣਪੋਲ ਮਨੇ ਚ ਉਹਨੂੰ ਯੈਸ ਨੋ ਕਰ ਦੇਣੀ ਆ ਤੇ ਕਿੱਥੇ ਕਹਾਣੀ ਕਿਦਰ ਨੂੰ ਚਲੀ ਜਾਣੀ ਇਸ ਚੀਜ਼ ਦਾ ਵੀ ਥੋੜਾ ਜਿਆਦਾ ਧਿਆਨ ਰੱਖਣ ਦੀ ਲੋੜ ਹੈ ਨੇ ਜ਼ਰੂਰੀ ਅਸੰਦਾਲੀ ਸਭ ਖਿਆਲ ਰੱਖਣ ਤੋਂ ਬਿਨਾਂ ਤਾਂ ਗੱਲ ਜਿਹੜੀ ਉਹ ਤੁਰਨੀਓ ਹੀ ਨਹੀਂ ਨਾ ਕਿਸੇ ਪਾਸੇ ਜੇ ਖਿਆਲ ਨਾ ਰੱਖਿਆ ਤਾਂ ਕੰਮ ਖਰਾਬ ਹੋ ਜਾਊਗਾ ਥੋੜਾ ਜਿਹਾ ਪਰਾਲੀ ਵਾਲੇ ਪਾਸੇ ਨੂੰ ਦੁਬਾਰਾ ਤੁਰਨਾ ਪਊ ਪਾਕਿਸਤਾਨ ਪਾਸੇ ਪੰਜਾਬ ਹੈਗਾ ਸਾਡੇ ਪੰਜਾਬ ਤੋਂ ਵੀ ਵੱਡਾ ਪੰਜਾਬ ਹੈ ਤੇ ਉੱਥੋਂ ਦੀ ਪ੍ਰਧਾਨ ਮੰਤਰੀ ਹੈ ਨਵਾਜ਼ ਸ਼ਰੀਫ ਦੀ ਧੀ ਮਰੀਮ ਸ਼ਰੀਫ ਨੌਜਵਾਨ ਹੈ ਉਹ ਬੀਬੀ ਜਦੋਂ ਦੀ ਮੁੱਖ ਮੰਤਰੀ ਬਣੀ ਹੈ ਪਾਕਿਸਤਾਨੀ ਪੰਜਾਬ ਦੀ ਉਹਨੇ ਕਈ ਵਾਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਖੀਆਂ ਪੰਜਾਬੀ ਬਾਦਸ਼ਾਹ ਦੇ ਪੱਖ 'ਚ ਬੋਲੀ ਹੁਣ ਉਸ ਬੀਬੀ ਨੇ ਕਿਹਾ ਕਿ ਸਾਡੇ ਪੰਜਾਬ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਧੂਏ ਦੀ ਬੜੀ ਸਮੱਸਿਆ ਪਰਾਲੀ ਸੜਨ ਦੀ ਭਾਰਤੀ ਪੰਜਾਬ ਵਾਲੇ ਪਾਸਿਓਂ ਵੀ ਸੁਣਦੇ ਆ ਕਿ ਬੜੀ ਸਮੱਸਿਆ ਕਿਉਂਕਿ ਲਾਹੌਰ ਦੇ ਵਿੱਚ ਪ੍ਰਦੂਸ਼ਨ ਬੜਾ ਵਧ ਗਿਆ ਸੀ ਹੁਣ ਮਰੀਮ ਨਵਾਜ਼ ਨੇ ਕਿਹਾ ਨਵਾਜ਼ ਸ਼ਰੀਫ ਦੀ ਧੀ ਨੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਨੇ ਕਿ ਸਾਨੂੰ ਤੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ 'ਚ ਬਚਾਅ ਹੋ ਸਕੇ ਚੰਗੀ ਗੱਲ ਹੈ ਜਿੱਥੇ ਰਲ ਕੇ ਕੰਮ ਕਰਕੇ ਸਰਦਾਰ ਰਲ ਕੇ ਕਰਨਾ ਚਾਹੀਦਾ ਲੜਕੇ ਬਥੇਰਾ ਦੇਖ ਲਿਆ ਨਵਾਸ਼ ਸ਼ਰੀਫ ਐਸ ਵੀਲੇ ਕਿਸੇ ਵੱਡੇ ਅਹੁਦੇ ਤੇ ਨਹੀਂ ਪਰ ਪਿਛਲੇ ਦਿਨੀ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਐ ਸ਼ੰਕਰ ਸਾਹ ਪਾਕਿਸਤਾਨ ਗਿਆ ਸੀ ਇੱਕ ਸੰਮੇਲਨ ਦੇ ਵਿੱਚ ਹਿੱਸੇਦਾਰੀ ਕਰਨ ਉਦੋਂ ਨਵਾਸ਼ ਸ਼ਰੀਫ ਨੇ ਵੀ ਇੰਟਰਵਿਊ ਦਿੱਤੀ ਸੀ ਭਾਰਤੀ ਮੀਡੀਆ ਧਾਰਿਆਂ ਨੂੰ ਤੇ ਉਹਨਾਂ ਨੇ ਕਿਹਾ ਸੀ ਕਿ ਗਲਤੀਆਂ ਬਹੁਤ ਹੋ ਗਈਆਂ ਲੜਕੇ ਬਥੇਰਾ ਦੇਖ ਲਿਆ 70 75 ਸਾਲ ਹੁਣ ਸਾਨੂੰ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਇੱਕ ਦੂਸਰੇ ਦੇ ਦੋਸਤ ਬਣ ਕੇ ਅੱਗੇ ਚੱਲਣਾ ਚਾਹੀਦਾ ਠੀਕ ਹੈ ਤੁਸੀਂ ਬਣਾਓ ਮਾਹੌਲ ਭਾਰਤ ਵਾਲੇ ਪਾਸਿਓਂ ਕਿਹੜਾ ਨਾ ਆਇਆ ਚਾਹੇ ਉਹ ਪ੍ਰਦੂਸ਼ਣ ਹੈ ਚਾਹੇ ਆਪਸੀ ਵਪਾਰ ਹੈ ਚਾਹੇ ਇੱਕ ਦੂਸਰੇ ਤੇ ਆਉਂਦੀ ਕੁਦਰਤੀ ਵਿਪਤਾ ਹੈ ਸੰਧਾਲੀਏ ਸਭ ਸਾਰੇ ਹੀ ਕੰਮ ਆਪਸੀ ਸਮਝਦਾਰੀ ਨਾਲ ਹੋਣੇ ਆ ਹਾਂ ਉੱਚ ਚਲਾਕੀ ਨਾ ਹੋਵੇ ਉਹਦੇ ਵਿੱਚ ਚੁਸਤੀ ਨਾ ਹੋਵੇ ਕਿ ਇੱਕ ਪਾਸੇ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੱਦ ਲਓ ਤੇ ਦੂਜੇ ਪਾਸੇ ਕਾਰਗਿਲ ਦੇ ਪਹਾੜੀਆਂ ਦੇ ਉੱਤੇ ਆਪਣੇ ਬੰਦੇ ਚੜਾ ਦਿਓ ਕਿ ਭਾਈ ਭਾਰਤ ਵਾਲੇ ਫੌਜੀ ਪਿੱਛੇ ਗਏ ਆ ਤੁਸੀਂ ਜਾ ਕੇ ਦਬ ਲਓ ਜੇ ਇਦਾਂ ਦੀ ਗੱਲ ਦਿਮਾਗ ਦੇ ਵਿੱਚ ਹੋਈ ਤਾਂ ਫਿਰ ਸਿੱਟੇ ਬਹੁਤੇ ਸਾਰਥਕ ਨਹੀਂ ਨਿਕਲਣੇ ਸਿੰਪਲ ਜੀ ਗੱਲ ਹੈ ਵਾਟਸਐਪ ਵੀ ਜਿੱਦਾਂ ਆਪਾਂ ਕਹੇ ਯਾਰਾ ਦਾਣਿਆਂ ਦਾ ਪੀਣ ਕਰਨ ਵੇਲੇ ਨਹੀਂ ਕੱਢਦੇ ਮਤਲਬ ਡਰਮ ਚੋਂ ਦਾਣੇ ਕੱਢੇ ਫੇਰ ਪੱਖਾ ਲਾਇਆ ਤੇ ਛੱਜ ਚ ਪਾਏ ਫੇਰ ਡਾਏ ਹੁਣ ਜੇ ਤੇ ਮੰਨ ਲਓ ਵੀ ਇਹਨਾਂ ਨੂੰ ਇਹ ਲੱਗਦਾ ਵੀ ਇਹ ਮੁੱਦਾ ਏ ਮਸਲਾ ਆਪਸੀ ਖੇਬਾਜ਼ੀ ਵਾਲਾ ਹਾਲਾਂਕਿ ਉਸ ਤੋਂ ਪਹਿਲਾਂ ਹਿੰਦੁਸਤਾਨੇ ਕਿਸੇ ਦਾ 47 ਵੰਡ ਕੇ ਦੋ ਮੁਲਕ ਬਣਾਤੇ ਉਹ ਤੋਂ ਬਾਅਦ ਉਹ ਵੰਡੀ ਤਰੀ ਆਉਂਦੀ ਹੈ ਪਤਾ ਨਹੀਂ ਕੌਣ ਕਿੰਨੂ ਕਿਹੜਾ ਪੰਪ ਮਾਰਦਾ ਰਿਹਾ ਤੇ ਉਹਨਾਂ ਨੂੰ ਲੱਗਿਆ ਵੀ ਯਾਰ ਇਹਦੇ ਤੋਂ ਬਿਨਾਂ ਦੇ ਆਪਣਾ ਗੁਜ਼ਾਰਾ ਹੀ ਨਹੀਂ ਉਹ ਛੱਜ ਦੀ ਉਦਾਹਰਨ ਮੈਂ ਤਾਂ ਦਿੱਤੀ ਸੀ ਵੀ ਇਹ ਹੀ ਮਸਲਾ ਹਿੰਦੁਸਤਾਨ ਏਦਾਂ ਹੈ ਹਿੰਦੁਸਤਾਨ ਨਾਲੋਂ ਪਾਕਿਸਤਾਨ ਏਦਾਂ ਹੈ ਉਹ ਮਸਲਾ ਪੋਲਿਟੀਕਲ ਲੋਕਾਂ ਨੇ ਰਾਜਨੀਤੀ ਦੇ ਛੱਜ ਚ ਪਾ ਲਿਆ ਤੇ ਦਾਣਿਆਂ ਨੂੰ ਥੱਲੇੋਂ ਪਰ ਲੈਂਦੇ ਸੀ ਔਖੇ ਦੇ ਸਾਹਮਣੇ ਕਰ ਕਰਕੇ ਡਾਉਂਦੇ ਸੀ ਕਿ ਉਹ ਖੇ ਜਿੱਤੇ ਅੰਸਰ ਚ ਪੈਂਦੀ ਪਈ ਜਾਵੇ ਉਹਨਾਂ ਹੁੰਦਾ ਸੀ ਵੀ ਇਹਦੇ ਨਾਲ ਵੋਟਾਂ ਬਹੁਤ ਆਉਣਗੀਆਂ ਪਾਕਿਸਤਾਨ ਦੇ ਵਿੱਚ ਵੀ ਇਹ ਬੜਾ ਕੁਝ ਹੋਇਆ ਕਈ ਬੰਦਿਆਂ ਨੂੰ ਇਹ ਲੱਗਦਾ ਵੀ ਯਾਰ ਅੱਛਾ ਜੀ ਕੋਈ ਬੰਦਾ ਏਦਾਂ ਜੀ ਦੀ ਗੱਲ ਕਰਦਾ ਦੂਜੇ ਨੂੰ ਹੁੰਦਾ ਵੀ ਅੱਛਾ ਜੀ ਏਦਾਂ ਕਰਦਾ ਆਪਾਂ ਥੋੜਾ ਘੁਮਾ ਕੇ ਦੂਜੇ ਬੰਦੇ ਦੀ ਗੱਲ ਕਰੀਏ ਕੀ ਪਤਾ ਦੂਸਰੀ ਧਿਰ ਵਾਲੇ ਬੰਦੇ ਸਾਨੂੰ ਇਦੇ 'ਚ ਇੱਕ ਗੱਲ ਤੇ ਸਮਝਣੀ ਪਾਉਗੀ ਕਿ ਸਾਰੀਆਂ ਧਿਰਾਂ ਨੇ ਜਿੰਨੀਆਂ ਜਿੱਥੇ ਪਾਕਿਸਤਾਨ ਦੇ ਵਿੱਚ ਜ਼ਿੰਮੇਵਾਰ ਨੇ ਜਿਸ ਪਾਸੇ ਵੀ ਉਹਨਾਂ ਸਾਰਿਆਂ ਨੂੰ ਇੱਕ ਮਤ ਹੋਣਾ ਪਊਗਾ ਕਿ ਕੀ ਅਸੀਂ ਤਰੱਕੀ ਵਾਲੇ ਰਾਹ ਤੇ ਤੁਰਨਾ ਕਿ ਅਸੀਂ ਚਾਹੁੰਦੇ ਆਂ ਕਿ ਖਿੱਤੇ ਖੇਤਰ ਦੇ ਵਿੱਚ ਜਿਹੜੇ ਕੋਈ ਚਾਰ ਪੈਸੀ ਇਧਰ ਉਧਰੋਂ ਆਧਾਰ ਮੰਗ ਮੰਗ ਕੇ ਤੇ ਤਰਲੇ ਮਾਰ ਮਾਰ ਕੇ ਆਪਾਂ ਦੇਸ਼ ਨਹੀਂ ਲੈ ਕੇ ਆਉਨੇ ਆਂ ਉਹਦੇ ਬੰਬ ਗੋਲੇ ਖਰੀਦਨੇ ਆਂ ਜਾਂ ਫਿਰ ਇਧਰ ਉਧਰੋਂ ਕੋ ਰੋਟੀ ਪਾਣੀ ਦਾਣੇ ਖਰੀਦ ਕੇ ਤੇ ਆਪਾਂ ਮੁਲਕ ਦੇ ਜਿਹੜੇ ਲੋਕ ਦੇ ਲੋਕ ਨੇ ਉਹਨਾਂ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਇਹਦੇ ਤੇ ਇੱਕ ਮਤ ਹੋ ਜਾ ਤੇ ਜੀ ਉਹਨਾਂ ਨੂੰ ਇਹ ਲੱਗਿਆ ਵੀ ਨਵਾਸ਼ਰੀ ਹੁਣ ਲੱਗਾ ਵੀ ਆਪਣੀ ਹੁਣ ਸਰਕਾਰ ਆਪਣੇ ਕੋਲ ਆਉਦਾ ਆਪਣਾ ਹੁਣ ਪੂਰਾ ਟੌਰਿਆ ਆਪਾਂ ਦੋਸਤੀ ਦੀ ਗੱਲ ਕਰਦੇ ਆ ਤੇ ਉਹਨਾਂ ਛੱਜ ਥੱਲੇ ਰੱਖਤਾ ਉਹੀ ਛੱਜ ਕਿਸੇ ਹੋਰ ਨੇ ਭਰ ਕੇ ਦਾਣਿਆਂ ਦੇ ਤੇ ਫੇਰ ਪੱਖੇ ਅੱਗੇ ਕਰਕੇ ਡਾਉਣਾ ਸ਼ੁਰੂ ਕਰਤਾ ਫੇਰ ਉੱਥੇ ਕਾਦੀ ਦੋਸਤੀ ਰਹਿ ਜਾਣੀ ਸੰਧਾਲੀਆ ਸਭ ਤੁਹਾਡੀ ਗੱਲ ਠੀਕ ਹੈ ਚਲੋ ਪਰਾਲੀ ਤੋਂ ਗੱਲ ਸ਼ੁਰੂ ਹੋਈ ਸੀ ਪਰਾਲੀ ਤੋਂ ਧੂਆਂ ਨਿਕਲਦਾ ਧੂਏ ਨਾਲ ਪ੍ਰਦੂਸ਼ਣ ਹੁੰਦਾ ਉਹਦੇ ਤੋਂ ਤੰਗ ਸਾਰੇ ਹੁੰਦੇ ਆ ਤੇ ਉਧਰ ਯੂਥ ਆ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਜੀ ਸਿੰਘ ਝਿੰਜਰ ਉਹ ਪਟਿਆਲੇ ਸੀ ਉੱਥੇ ਉਹਨਾਂ ਨੇ ਸਰਕਾਰਾਂ ਦਾ ਵਿਰੋਧ ਕੀਤਾ ਕਿ ਪੰਜਾਬ ਦੇ ਕਿਸਾਨ ਦਾ ਝੋਨਾ ਰੁਲ ਰਿਹਾ ਝੋਨਾ ਵੱਡਾ ਹੋਊਗਾ ਤਾਂ ਪਰਾਲੀ ਹੋਣੀ ਹੈ ਪਰਾਲੀ ਦਾ ਹਸ਼ਰ ਕੀ ਹੋਊਗਾ ਬਾਅਦ ਦੀ ਗੱਲ ਹੈ ਉਹ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ ਬਰੇ ਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਖਿਲਾਫ ਵੀ ਬਰੇ ਉਹ ਕਹਿੰਦੇ ਸਰਕਾਰਾਂ ਦੋਨੋਂ ਹੀ ਨਕਮੀਆਂ ਹੁਣ ਸੰਧਾਲੀਆਂ ਸਭ ਕਿਤੇ ਨਾ ਕਿਤੇ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਵਾਲੇ ਵੀ ਮੰਡੀਆਂ 'ਚ ਨੇ ਆਮ ਆਦਮੀ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਘੇਰ ਰਹੇ ਐ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਉਹ ਯੂਥ ਵਿੰਗ ਇਸ ਵੇਲੇ ਚੋਣੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਦੇ ਕਰਕੇ ਸੂਬਾ ਤੇ ਕੇਂਦਰ ਸਰਕਾਰ ਦੋਨਾਂ ਦੇ ਗਲ ਪਿਆ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਕਿ ਦੋਏ ਸਰਕਾਰਾਂ ਚੰਗੀਆਂ ਨਹੀਂ ਹੁਣ ਵਾਰੀ-ਵਾਰੀ ਤਾਂ ਇਹ ਸਾਰੇ ਹੀ ਸੱਤਾ ਦੇ ਵਿੱਚ ਆਉਂਦੇ ਆ ਕਿਸਾਨ ਤਾਂ ਕਦੇ ਸੱਤਾ ਚਾਹੇ ਨਹੀਂ ਕਿਸਾਨਾਂ ਦੇ ਲੀਡਰ ਤਾਂ ਚੋਣਾਂ ਲੜੇ ਨਹੀਂ ਚ ਲੜੇ ਤਾਂ ਕਦੇ ਜਿੱਤੇ ਨਹੀਂ ਹੁਣ ਸਮਝ ਨਹੀਂ ਆਉਂਦੀ ਕਿ ਜੇ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਠੀਕ ਨੇ ਜੇ ਉਹ ਕਹਿੰਦੇ ਆ ਕਿ ਅਸੀਂ ਚੰਗੀਆਂ ਦੂਜਾ ਮਾੜਾ ਤਾਂ ਫਿਰ ਆਖਰਕਾਰ ਚੂੜੀ ਕਿੱਥੇ ਟਾਈਟ ਕਰਨ ਵਾਲੀ ਹੈ ਆਖਰਕਾਰ ਤਾਰ ਦੇ ਵਿੱਚ ਗੰਢ ਕਿੱਥੇ ਵੱਜ ਗਈ ਹੈ ਜਿਸ ਨੂੰ ਗੰਢ ਖੋਲਿਓ ਬਗੈਰ ਕਰੰਟ ਜਿਹੜਾ ਉਹ ਪੂਰੇ ਦਾ ਪੂਰਾ ਪੁੱਜਣਾ ਨਹੀਂ ਚਲੋ ਠੀਕ ਹੈ ਅਕਾਲੀ ਦਲ ਖੇਤਰੀ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਪਿੰਡੂ ਲੋਕਾਂ ਦੀ ਪਾਰਟੀ ਹੈ ਪਿੰਡੂ ਵੋਟ ਬੈਂਕ ਉਹਦਾ ਬਹੁਤ ਹੈ ਉਹਨਾਂ ਨੂੰ ਮਹਾਰਤਾ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਪਰਮਾਨੈਂਟ ਹੱਲ ਇਹ ਸਾਰੇ ਮਸਲੇ ਦਾ ਕੀ ਹੋਵੇ ਉਹਦੇ ਲਈ ਸਵੈਰਥ ਦੇ ਕੇ ਸੁਝਾਅ ਵੀ ਦੇ ਦੇਣ ਸਿਆਸੀ ਪਾਰਟੀਆਂ ਤਾਂ ਚੰਗਾ ਚਲੋ ਆਸ ਕਰਦੇ ਹਾਂ ਬਾਦ ਸਾਹਿਬ ਕਿ ਵੀ ਸਾਰਾ ਕੁਝ ਦਰੁਸਤ ਹੋ ਜਾਵੇ ਕਿਉਂਕਿ ਕਈ ਚੀਜ਼ਾਂ ਬੜੇ ਚਿਰ ਤੋਂ ਉਹ ਕਾ ਲੋਕ ਵੀ ਜਿਹੜੇ ਕਰਾਲੀਆਂ ਹੁੰਦਾ ਜਾਂਦੀਆਂ ਨਾ ਫਿਰ ਉਹਨਾਂ ਨੂੰ ਦੁਬਾਰਾ ਲਈ ਤੇ ਲਿਆਉਣਾ ਬੜਾ ਔਖਾ ਹੁੰਦਾ ਹੁਣ ਜੇ ਮੈਂ ਮੋੜਾ ਕੱਟਾਂ ਤੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਹੁਣੇ ਇੱਕ اجلاس ਹੋਇਆ ਉਹਦੇ ਵਿੱਚ ਦੁਬਾਰਾ ਤੋਂ ਅਹੁਦੇਦਾਰ ਚੁਣੇ ਗਏ ਨੇ ਹੁਣ ਅਹੁਦੇਦਾਰ ਚੁਣਨ ਵਾਲੇ ਜਿਹੜੇ ਸੀਗੇ ਉਹਨਾਂ ਦੀ ਚੋਣ ਵੀ ਹੋਣੀ ਹੈ ਯਾਨੀ ਕਿ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਸ਼ੋਮਨੀ ਕਮੇਟੀ ਦੇ ਮੈਂਬਰ ਚੁਣੇ ਜਾਣੇ ਨੇ ਉਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਆਸ ਪੱਜੀ ਆ ਕਿ ਹੋਣਗੀਆਂ ਤੇ ਉਹਦੇ ਲਈ ਖਾਸ ਗੱਲ ਇਹ ਹੁੰਦੀ ਹੈ ਕਿੜਾ ਵੋਟਰ ਆ ਉਹ ਖਾਸ ਸ਼ਰਤਾਂ ਪੂਰੀਆਂ ਕਰਦਾ ਹੋਵੇ ਤੇ ਜਿਹੜਾ ਬੰਦਾ ਖਾਸ ਸ਼ਰਤਾਂ ਪੂਰੀਆਂ ਕਰਦਾ ਉਹਦੀ ਵੋਟ ਬਣ ਸਕਦੀ ਹੈ। ਉਹ ਮੈਨੂੰ ਲੱਗਦਾ ਵੀ ਸਾਲ ਤੋਂ ਉੱਪਰ ਸਮਾਂ ਦਿੱਤਾ ਗਿਆ ਸੀਗਾ ਵੋਟਾਂ ਬਣਾਉਣ ਦੇ ਲਈ। ਤੇ ਪਹਿਲਾਂ-ਪਹਿਲਾਂ ਤੇ ਰਸਤਾਰ ਇੰਨੀ ਮੱਠੀ ਸੀ ਵੀ ਐਂ ਲੱਗਣ ਲੱਗ ਪੈਸੀ ਕਿ ਕਮਾਲ ਹੋ ਗਈ। ਵੀ ਯਾਰ ਆਪਾਂ ਜਦੋਂ ਸਿੱਖ ਕੌਮ ਦੀ ਗੱਲ ਕਰਦੇ ਆ ਤੇ ਸਿੱਖ ਕੌਮ ਦੇ ਵਿੱਚ ਇੰਨੇ ਘੱਟ ਲੋਕ ਰਹੇ ਜਿਹਨਾਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਵਾਲੇ ਵੀ ਕੋਈ ਵੋਟਾਂ ਬਾਣੀ ਵੀ ਰਹੀਆਂ। ਪਰ ਹੁਣ ਜਿੱਦਾਂ 50-52 ਲੱਖ ਵੋਟਰ ਕਹਿੰਦੇ ਕਿ ਦੁਬਾਰਾ बन गए ਨੇ ਐਸ்சிਪੀਸੀ ਦੇ ਇਹਦਾ ਮਤਲਬ ਕਿਤਨੇ ਕਿਤੇ ਹੁਣ ਦੁਬਾਰਾ ਤੋਂ ਲੋਕਾਂ ਦਾ ਉਸ ਪਾਸੇ ਧਿਆਨ ਹੋਇਆ ਜਾਂ ਲੋਕਾਂ ਨੇ ਵੋਟਾਂ ਬਣਵਾਈਆਂ ਤੇ ਹੁਣ ਆਸ ਵੱਜ ਗਈ ਕਿ ਐਸ்சிਪੀਸੀ ਇਲੈਕਸ਼ਨਾਂ ਹੋਣਗੇ ਜਿੱਤੇ ਸੰਧਾੜੀਆ ਸਭ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਆ ਧਾਮੀ ਸਾਹਿਬ ਦੁਬਾਰਾ ਜਿੱਤੇ ਬੀਬੀ ਜਗੀਰਕੁਰ ਹਾਰ ਗਿਆ ਤੇ ਉਹਦੇ ਤੋਂ ਬਾਅਦ ਬੀਬੀ ਜਗੀਰਕੁਰ ਨੇ ਕਿਹਾ ਸੀ ਹੁਣ ਛੇਤੀ ਦੁਬਾਰਾ ਨਵੇਂ ਮੈਂਬਰ ਚੁਣੇ ਜਾਣੇ ਚਾਹੀਦੇ ਆ ਨਵੇਂ ਮੈਂਬਰ ਚੁਣਨ ਤੇ ਲਈ ਵੋਟਾਂ ਦਾ ਬਣਨਾ ਜ਼ਰੂਰੀ ਹੈ ਤੇ ਵੋਟਾਂ ਬਣਾਉਣ ਦਾ ਆ ਆਖਰੀ ਦਿਨ ਹੈ ਅਸਪੱਛੇ ਜਦੋਂ ਪ੍ਰੋਗਰਾਮ ਚੱਲ ਰਿਹਾ ਤੇ ਅੱਜ ਸ਼ਾਮ 4 ਵਜੇ ਤੱਕ ਵੋਟਾਂ ਮਣ ਸਕਦੀਆਂ ਜੇ ਗੁਰਦੁਆਰਾ ਚੋਣ ਕਮਿਸ਼ਨਰ ਨੇ ਵੋਟਾਂ ਬਣਾਉਣ ਦੀ ਤਾਰੀਖ ਨਾ ਵਧਾਈ ਤਾਂ ਹੁਣ ਤੱਕ ਦਾ ਅੰਕੜਾ ਇਹ ਕਹਿੰਦਾ ਕਿ 51 ਲੱਖ ਕੁਝ ਹਜ਼ਾਰ ਵੋਟਾਂ ਰਜਿਸਟਰਡ ਹੋ ਚੁੱਕੀਆਂ ਤੇ 2011 ਦੇ ਵਿੱਚ 13 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਸੀ ਤਾਂ ਉਦੋਂ 52,69,000 ਵੋਟਾਂ ਬਣੀਆਂ ਸੀ ਯਾਨੀ ਡੇਢ ਪੌਣੀ 2 ਲੱਖ ਵੋਟ ਪਿਛਲੀ ਵਾਰ ਦੇ ਮੁਕਾਬਲੇ ਅਜੇ ਵੀ ਘੱਟ ਹੈ ਹਾਲਾਂਕਿ ਆਬਾਦੀ ਵਧ ਗਈ ਹੈ ਚਲੋ ਕੋਈ ਗੱਲ ਨਹੀਂ ਹੁਣ ਇਹਦੇ ਵਿੱਚੋਂ ਵੀ ਅੰਮ੍ਰਿਤਸਰ ਜ਼ਿਲ੍ਹਾ ਟਾਪ ਤੇ ਆ 576000 ਉੱਥੇ ਵੋਟਰਾਂ ਨੇ ਅਰਜ਼ੀ ਦਿੱਤੀ ਹੈ ਲੁਧਿਆਣਾ ਦੂਸਰੇ ਨੰਬਰ ਦੇ ਉੱਤੇ ਆ 570000 ਸਿੱਖਾਂ ਨੇ ਉੱਥੇ ਅਰਜ਼ੀ ਦਿੱਤੀ ਹੈ ਕਿ ਭਾਈ ਅਸੀਂ ਐਸ்சிਪੀਸੀ ਦੇ ਵੋਟਰ ਬਣਨ ਦੇ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਸਾਨੂੰ ਵੋਟਰ ਬਣਾਓ ਸਭ ਤੋਂ ਘੱਟ ਜੇ ਬੇਨਤੀ ਪੱਤਰ ਪ੍ਰਾਪਤ ਹੋਏ ਆ ਵੋਟਰ ਬਣਨ ਦੇ ਲਈ ਤੇ ਉਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆ ਸਿਰਫ 36000 ਚਲੋ ਉਹ ਨਹੀਂ ਰੌਲਾ ਕਿ ਗਿਣਤੀ ਕਿੰਨੀ ਹੈ ਇਹ ਵੀ ਨਹੀਂ ਮਸਲਾ ਕਿ ਜੇ ਹੁਣ ਵੋਟਾਂ ਬਣਾਉਣ ਦੀ ਮਿਤੀ ਨਹੀਂ ਵਧਾਈ ਜਾਂਦੀ ਤੇ ਆਪਾਂ ਮੰਨ ਕੇ ਚੱਲੀਏ ਕਿ 51 ਲੱਖ ਤੋਂ ਵੱਧ ਵੋਟਾਂ ਬਣ ਗਈਆਂ ਨਹੀਂ ਅਜੇ ਇਹਨਾਂ ਦੀ ਪਰਚੋਲ ਹੋਣੀ ਹੈ ਅਜੇ ਇਹਨਾਂ ਨੂੰ ਪਰਖਿਆ ਜਾਣਾ ਕਿਉਂਕਿ ਸ਼ਰਤਾਂ ਐਦ ਕਿ ਸਖਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਧਾਰਨ ਵੋਟਰ ਬਣਨ ਦੀਆਂ ਤੇ ਕਈ ਤਰ੍ਹਾਂ ਦੇ ਇਤਰਾਜ਼ ਵੀ ਆਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਕੀਤਾ ਸੀ ਇੱਕ ਦੋ ਹੋਰ ਤਰ੍ਹਾਂ ਨੇ ਇਤਰਾਜ਼ ਕੀਤਾ ਸੀ ਕਿ ਗਲਤ ਤਰੀਕੇ ਵੋਟਾਂ ਬਣਾਈਆਂ ਜਾ ਰਹੀਆਂ ਤੇ ਜਦੋਂ ਪਰਚੋਲ ਪੜਤਾਲ ਕੀਤੀ ਜਾਣੀ ਆ ਤੇ ਉਹਦੇ ਹੋ ਸਕਦਾ ਕਿ ਕੁਝ ਇੱਕ ਵੋਟਾਂ ਰੱਦ ਵੀ ਕੀਤੀਆਂ ਜਾਣ ਕਿ ਨਹੀਂ ਪਾਈਏ ਮਿਆਰਾਂ ਦੇ ਉੱਤੇ ਬੰਦਾ ਖਰਾ ਨਹੀਂ ਉਤਰਦਾ ਜਿਹੜੀ ਫਾਈਨਲ ਗਿਣਤੀ ਹੈ ਨਾ ਉਹ ਪਤਾ ਲੱਗੂਗੀ ਜਦੋਂ ਪੜਤਾਲ ਹੋ ਗਈ ਉਹਦੇ ਤੋਂ ਬਾਅਦ ਆਖਰੀ ਵੋਟਰ ਲਿਸਟ ਆਉਣ ਵਾਲੀ ਹੋਈ ਉਦੋਂ ਨੰਬਰ 2 ਅਜੇ ਇਹਦੇ ਵਿੱਚ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਵੋਟਰ ਸ਼ਾਮਿਲ ਨਹੀਂ ਹਰਿਆਣਾ ਚ ਤੱਕ ਵੋਟਾਂ ਬਣੀਆਂ ਹੀ ਨਹੀਂ ਕਿਉਂਕਿ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਮਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਚੁੱਕੀ ਹੈ ਜਿੱਦਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ 2011 ਦੇ ਵਿੱਚ 13 ਸਾਲ ਪਹਿਲਾਂ ਹੀ ਵੋਟਾਂ ਪਈਆਂ ਸੀ ਉਦੋਂ ਹਰਿਆਣੇ ਦੇ ਸਿੱਖ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਵੋਟਰ ਸਨ ਪਰ ਐਤਕੀ ਹਰਿਆਣਾ ਬਾਹਰ ਹੈ ਅਜੇ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਇਹਨਾਂ ਦੇ ਵਿੱਚ ਕਿੰਨੇ ਵੋਟਰਾਂ ਨੇ ਅਰਜ਼ੀਆਂ ਦਿੱਤੀਆਂ ਉਹਦਾ ਅੰਕੜਾ ਵੀ ਅਸੀਂ ਉੜੀਕਣਾ ਫੇਰ ਕਹਾਣੀ ਅਗਲੇ ਪਾਸੇ ਨੂੰ ਵਧਣੀ ਹੈ ਹੁਣ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਹੈ ਸ਼ੁਰੂ ਦੇ ਵਿੱਚ ਵੋਟਰ ਬਣਨ ਦੀ ਰਫਤਾਰ ਮੱਠੀ ਸੀ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਕੁਝ ਇੱਕ ਹੋਰ ਤਰ੍ਹਾਂ ਇਹਦੇ ਵਿੱਚ ਸਰਗਰਮ ਹੋਈਆਂ ਤਾਂ ਫਿਰ ਵੋਟਰ ਬਣਨ ਦੀ ਗਿਣਤੀ ਇੱਕਦਮ ਵਧੀ ਹੈ ਹੁਣ ਅੱਜ ਆਖਰੀ ਦਿਨ ਹੈ ਅੱਜ ਕਿੰਨੇ ਕੁ ਵੋਟਰ ਵੋਟਰ ਦੇ ਤੌਰ ਤੇ ਰਜਿਸਟਰਡ ਹੁੰਦੇ ਆ ਜੇ ਮਿੱਤੀ ਵਿਧਾਈ ਨਾ ਗਈ ਸੰਧਾਲੀਆ ਸਭ 15 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਪੜਤੂ ਪੜਚੋਲ ਪੜਤਾਲ ਹੋ ਜਾਊ ਉਦੇ ਤੋਂ ਬਾਅਦ ਜੇ ਇਤਰਾਜ਼ ਮੰਗਣੇ ਹੋਏ 5-7 ਦਿਨ ਹੋਰ ਦੇ ਦੇਣਗੇ ਤੇ ਜੇ ਸਾਰਾ ਕੁਝ ਠੀਕ ਰਿਹਾ ਤਾਂ ਮਹੀਨੇ ਦੇ ਅੰਦਰ ਅੰਦਰ ਜਾਨੀ ਕਿ ਨਵੰਬਰ ਮਹੀਨੇ ਦੇ ਵਿੱਚ ਵਿੱਚ ਵੋਟਰ ਲਿਸਟ ਪ੍ਰਕਾਸ਼ਿਤ ਹੋ ਕੇ ਆ ਸਕਦੀ ਹੈ ਤੇ ਉਹਦੇ ਤੋਂ ਬਾਅਦ ਦਸੰਬਰ ਦੇ ਵਿੱਚ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਜਵੇ ਹੋ ਸਕਦਾ ਫਿਰ ਜਨਵਰੀ ਜਾਂ ਫਰਵਰੀ ਦੇ ਵਿੱਚ ਵੋਟਾਂ ਪੈਣ ਜੇ ਕੋਈ ਹੋਰ ਕਾਨੂੰਨੀ ਤੌਰ ਤੇ ਉਹ ਡਿੱਕਾ ਨਾ ਪਿਆ ਤੇ ਫਿਰ ਇਹ 50-51 ਲੱਖ ਵੋਟਰ ਆਪਣੇ 185 ਮੈਂਬਰਾਂ ਦੀ ਚੋਣ ਕਰਨਗੇ ਕਿ ਪਾਈਓ 185 ਬੰਦੇ ਬੀਬੀਆਂ ਕੌਣ ਹੋਣਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਤੇ ਜਨ ਸੰਖਤਰ ਤੇ ਅੰਤਰਿਕ ਕਮੇਟੀ ਦੀ ਚੋਣ ਕਰਨਗੇ ਇਹ ਜ਼ਰੂਰੀ ਹੀ ਲਿਆ ਵੈਸੇ WhatsApp ਇਹ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇੱਕ ਰੂਟੀਨ ਟੁੱਟ ਗਈ ਨਾ ਇੱਕ ਲਗਾਤਾਰਤਾ ਟੁੱਟ ਗਈ ਕਿਉਂਕਿ ਇਲੈਕਸ਼ਨਾਂ ਨਹੀਂ ਹੋਈਆਂ ਵਿੱਚੋਂ ਕਾਰਨ ਕੀ ਰਹੇ ਆਪਾਂ ਉਹਦੇ ਚ ਨਹੀਂ ਪੈਂਦੇ ਉਹ ਜਿਹੜੀ ਲਗਾਤਾਰਤਾ ਉਹਦੀ ਮੁੜ ਬਹਾਲੀ ਬੜੀ ਜ਼ਰੂਰੀ ਹੈ ਮੈਨੂੰ ਲੱਗਦਾ ਵੀ ਹੁਣ ਜਦੋਂ ਇਹ ਇਲੈਕਸ਼ਨ ਹੋਈ ਉਸ ਤੋਂ ਬਾਅਦ ਹੋ ਸਕਦਾ ਕਿ ਕਈ ਨਵੇਂ ਚਿਹਰੇ ਨੂੰ ਮੌਕਾ ਮਿਲੇ ਕਈ ਨਵੇਂ ਚਿਹਰੇ ਚੁਣ ਕੇ ਜਾਣ ਜਿਨ੍ਹਾਂ ਨੂੰ ਸ਼੍ਰੋਮਣੀ ਗੁਦਰਾ ਪ੍ਰੰਧ ਕਮੇਟੀ ਦਾ ਮੈਂਬਰ ਬਣਨ ਦਾ ਮੌਕਾ ਮਿਲੇ ਹੋ ਸਕਦਾ ਕਈ ਪੁਰਾਣੇ ਲੀਡਰ ਵੀ ਜਿੱਤਣ ਇਹਦੇ ਚ ਠੀਕ ਆ ਹੁਣ ਤੱਕ ਕਈ ਤਰ੍ਹਾਂ ਦੇ ਦੋਸ਼ ਇਧਰੋਂ ਉਧਰੋਂ ਜਿਹੜੇ ਕਹ ਲੋ ਕਿ ਵੀ ਵੱਖ-ਵੱਖ ਜਥੇਬੰਦੀਆਂ ਦੇ ਲੋਕ ਸੋ ਇਹ ਲਾਉਂਦੇ ਸੀ ਕਿ ਵੀ ਰਾਜਨੀਤੀ ਕਿਤੇ ਨਾ ਕਿਤੇ ਭਾਰੀ ਹੋ ਗਈ ਵੀ ਰਾਜਨੀਤੀ ਜ਼ਿਆਦਾ ਭਾਰੂ ਹੋ ਜਾਂਦੀ ਆ ਹਰ ਥਾਂ ਦੇ ਉੱਪਰ ਕਿ ਵੀ ਇੱਧਰ ਬੰਦਾ ਐਡਜਸਟ ਨਹੀਂ ਹੁੰਦਾ ਇੱਧਰ ਕਰਦੇ ਉਧਰ ਨਹੀਂ ਹੁੰਦਾ ਉਧਰ ਕਰਦੇ ਕੀ ਕਹਾਂ ਜਿਹੜੇ ਹੁਣ ਦੇ ਪੋਲਿਟਿਕਲ ਬੰਦਿਆਂ ਨੂੰ ਤੁਸੀਂ ਅੱਗੇ ਲਾਉਂਗੇ ਤੇ ਪੋਲਿਟਿਕਲ ਬੰਦਾ ਪੋਲਿਟਿਕਲੀ ਸੋਚੂਗਾ ਉਹ ਹੁਣ ਜ਼ਿਆਸਤਾ ਕਰ ਨਹੀਂ ਸਕਦੇ ਵੀ ਉਹ ਹੁਣ ਰਾਜਨੀਤੀ ਨੂੰ ਪਾਸੇ ਰੱਖ ਦੇਵੇ ਹਾਂ ਪਰ ਇਹ ਨਾ ਜ਼ਰੂਰ ਹੈ ਜਿਹੜਾ ਵੋਟਰ ਆ ਉਹ ਆਪਣੇ ਤੌਰ ਤੇ ਫੈਸਲਾ ਲੈ ਸਕਦਾ ਹੁੰਦਾ ਵੀ ਉਹਨੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਜਿਤਾਉਣਾ ਤੇ ਕੋਈ ਇਹ ਵੀ ਨਹੀਂ ਮੈਂ ਕਹਿੰਦਾ ਵੀ ਹਾਂ ਵੀ ਪੰਜਾਬ ਦੇ ਲੋਕਾਂ ਨੂੰ ਇਹਦੀ ਸਮਝ ਨਹੀਂ ਆਈ ਕਰਨਾ ਕਿੱਦਾਂ ਉਹਨਾਂ ਨੂੰ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਤਾਂ ਕਮਾਲ ਕਰ ਕਰ ਵਿਖਾਈ ਹੈ 22 ਚ ਵੀ ਕੀਤੀ ਸੀ ਆਹ ਲੰਗੀਆਂ ਜਿਹੜੀਆਂ ਹੋਣ ਵਾਲੀਆਂ ਇਲੈਕਸ਼ਨਾਂ ਨੇ ਲੋਕ ਸਭਾ ਦੀਆਂ ਉਹਦੇ ਚ ਵੀ ਕੀਤੀ ਸੀ ਉਹਨਾ ਜਮਨੀ ਚੋਣਾਂ ਹੋਣੀਆਂ ਨੇ ਉਹਦੇ ਚ ਵੀ ਸ਼ਾਇਦ ਕਰਦਣ ਕਿ ਜਦੋਂ ਆਪਾਂ ਨੂੰ ਇਹ ਹਿਸਾਬ ਆ ਗਿਆ ਕਿ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਸਿੱਖ ਭਾਈਚਾਰਾ ਹੈ ਜਾਂ ਜਿਹੜੇ ਸਿੱਖ ਕੋਟਰ ਨੇ ਜਮਨੀ ਜੁਤਰਾ ਪ੍ਰੰਧ ਕਮੇਟੀ ਚ ਲਈ ਜਿਨ੍ਹਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਜਾਂ ਜਿੰਨਾਂ ਦੀਆਂ ਵੋਟਾਂ ਹੋਣਗੀਆਂ ਉਹ ਵੀ ਉਹਨਾਂ ਚ ਆਉਂਦੇ ਨੇ ਸੋ ਇਹਨਾ ਕੋਈ ਆਸ ਕੀਤੀ ਜਾ ਸਕਦੀ ਹੈ ਵੀ ਇੱਕ ਵੱਖਰੀ ਸੋਚ ਦੇ ਨਾਲ ਚੰਗੇ ਲੋਕ ਜਿਹੜੇ ਨੇ ਉਹਨਾਂ ਨੂੰ ਚੁਣ ਕੇ ਜੇ ਉੱਥੇ ਭੇਜਣਗੇ ਤੇ ਜਿਹੜੀਆਂ ਚੀਜ਼ਾਂ ਹੋ ਸਕਦਾ ਕਿ ਪਿਛਲੇ ਸਮੇਂ ਵਿੱਚ ਚਾਹੁੰਦੇ ਸੀ ਕਿ ਵੀ ਉਹਨਾਂ ਵੱਲੋਂ ਚੁਣੇ ਗਏ ਨੁਮਾਇੰਦੇ ਕਰਨ ਉਹ ਨਹੀਂ ਹੋਈਆਂ ਉਹ ਹੋ ਸਕਦਾ ਜੀ ਨਵੇਂ ਚੁਣੇਗੇ ਨੁਮਾਇੰਦੇ ਨੂੰ ਮੌਕਾ ਮਿਲੇ ਤਾਂ ਕਰ ਦੇਣ ਇਹ ਜ਼ਰੂਰੀ ਵੀ ਹੈ ਜੀ ਕਰਨੀਆਂ ਚਾਹੀਦੀਆਂ ਵੀ ਆ ਚਾਹੇ ਨਵੇਂ ਕਰਨ ਪੁਰਾਣੇ ਕਰਨ ਪਰ ਉਹ ਕੰਮ ਹੋਣੇ ਚਾਹੀਦੇ ਆ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਸਾਹਿਬ ਨੇ ਇੱਕ ਦਾਵਾ ਕੀਤਾ ਉਹ ਕਹਿੰਦੇ ਐਸੇ 2024 ਦੇ ਸਾਲ 'ਚ ਅਸੀਂ 10000 ਨਸ਼ਾ ਤਸਕਰ ਫੜਿਆ 10000 ਤੇ ਉਹਦੇ ਵਿੱਚੋਂ 153 ਵੱਡੀਆਂ ਮੱਛੀਆਂ ਨੇ ਵੱਡੇ ਤਸਕਰ ਨੇ 153 ਸੰਦਾਲੀਆ ਸਭ 13000 ਪੰਜਾਬ ਦੇ ਪਿੰਡ ਨੇ 10000 ਬੰਦਾ ਦਸਾਂ ਮਹੀਨਿਆਂ ਚ ਫੜ ਲਿਆ ਐਸੇ ਸਾਲ ਚ ਤੇ ਮੈਂ ਆਪਾਂ ਮੰਨ ਕੇ ਚੱਲਦੇ ਆਂ ਜੇ ਰਫ਼ਤਾਰ ਇਹੀ ਰਹੀ ਤੇ ਅਗਲੇ 2 ਮਹੀਨਿਆਂ ਚ 2-3000 ਹੋਰ ਹੋਜੂ ਜਾਨੀ ਜੇ 13000 ਬੰਦਾ ਫੜ ਲਿਆ ਤਾਂ ਹਰ ਇੱਕ ਪਿੰਡ ਦੇ ਵਿੱਚੋਂ ਹਸਤਨ ਇੱਕ ਬੰਦਾ ਹੋ ਜਾਣਾ ਇੰਨੇ ਕਿਹ ਹੁੰਦੇ ਵੇਚਣ ਵਾਲੇ ਚੰਗੀ ਗੱਲ ਐ ਤੁਸੀਂ ਬੰਦੇ ਫੜੇ ਤੁਸੀਂ ਵੱਡੇ ਵੀ ਫੜੇ ਛੋਟੇ ਤਸਕਰ ਵੀ ਫੜੇ ਪਰ ਕਿਤੇ ਨਾ ਕਿਤੇ ਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਤਸਕਰੀ ਬੰਦ ਹੋਈ ਹੈ ਕਿ ਨਸ਼ਾ ਆਮਲਣਾ ਬੰਦ ਹੋ ਗਿਆ ਕਿ ਸ਼ਹਿਰਾਂ ਦੇ ਵਿੱਚ ਸਪਲਾਈ ਨੂੰ ਕੋਈ ਰੋਕ-ਥਾਮ ਲੱਗੀ ਹੈ ਕੋਈ ਬ੍ਰੇਕਾਂ ਬਰੂਕਾਂ ਲੱਗੀਆਂ ਅਸੀਂ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਵੀ ਸੁਣਦੇ ਹੁੰਦੇ ਸੀ ਕੋਈ 25000 ਦਾ ਦਾਅਵਾ ਕਰਦਾ ਸੀ ਕੋਈ 28000 ਬੰਦੇ ਨੂੰ ਫੜਨ ਦਾ ਦਾਅਵਾ ਕਰਦਾ ਸੀ ਪਰ ਨਸ਼ਾ ਨਹੀਂ ਸੀ ਰੁਕਿਆ ਹੁਣ 10000 ਬੰਦੇ ਨੂੰ ਫੜਨ ਦਾ ਦਾਅਵਾ ਇੱਕ ਜਿਹੜਾ ਤਸਕਰੀ ਕਰਦਾ ਸੀ ਉਹਦੇ ਤੋਂ ਬਾਅਦ ਨਸ਼ੇ ਨੂੰ ਨੱਥ ਕਿੰਨੀ ਕੁ ਪੈਂਦੀ ਹੈ ਬ੍ਰੇਕ ਕਿੰਨੀ ਕੁ ਲੱਗਦੀ ਹੈ ਸਵਾਲ ਤਾਂ ਮਸਲਾ ਇੱਥੇ ਆ ਕੇ ਲੋਕਾਂ ਦੀ ਸੰਤੁਸ਼ਟੀ ਲੋਕੋ ਸਹੀ ਗੱਲ ਤੁਹਾਨੂੰ ਆਸ ਕਰਦੇ ਆ ਵੀ ਇਹਦੇ ਤੇ ਕੰਮ ਹੋ ਜੂਏ ਤੇ ਚੰਗਾ ਕਿਉਂਕਿ ਦੇਖੋ ਜੀ ਆਪਾਂ ਪੁਲਿਸ ਮਹਿਕਮੇ ਦੀ ਗੱਲ ਕਰੀ ਨਾ ਤੇ ਪੁਲਿਸ ਮਹਿਕਮਾ ਕੋਤੂਦੀ ਨਹੀਂ ਹੋ ਗਿਆ ਉਸ ਮਹਿਕਮੇ ਤੇ ਉਹੀ ਹੈ ਉਹਨਾਂ ਨੇ ਜਿਸ ਤਰ੍ਹਾਂ ਦੇ ਨਿਰਦੇਸ਼ ਪਿੱਛੋਂ ਆਉਂਦੇ ਸੀ ਉਸ ਹਿਸਾਬ ਨਾਲ ਪਹਿਲਾਂ ਕੰਮ ਕੀਤਾ ਜੋ ਹੁਣ ਆਉਂਦੇ ਹੋਣਗੇ ਉਸ ਹਿਸਾਬ ਨਾਲ ਕੰਮ ਕਰਨਗੇ ਉਹਨਾਂ ਨੂੰ ਜੇ ਇਹ ਕਵੇ ਕੋਈ ਵੀ 27 ਜਦੋਂ 227 ਆਉਣਾ ਤੇ ਅਚਾਨਕ ਤੋਂ ਪੁਲਿਸ ਮਹਿਕਮਾ ਜਿਹੜਾ ਉਹ ਢਾਹ ਕੇ ਦੁਬਾਰਾ ਬਣਾ ਲੈਣਾ ਇਦਾਂ ਤੇ ਹੋਣਾ ਨਹੀਂ ਅਫਸਰ ਵੀ ਉੱਥੇ ਰਹਿਣੇ ਆ ਮੁਲਾਜ਼ਮ ਵੀ ਉੱਥੇ ਰਹਿਣੇ ਹਾਂ ਹੋ ਸਕਦਾ ਹੁਕਮ ਦੇਣ ਵਾਲੇ ਬਦਲੇ ਬਦ ਜੇ ਆਪਾਂ ਇਹ ਕਹੀਏ ਕਿ ਵੀ ਹੁਕਮ ਦੇਣ ਵਾਲੇ ਬੰਦੇ ਪਹਿਲਾਂ ਲੋਕਾਂ ਬਦਲ ਕੇ ਦੇਖ ਲੇ ਉਸ ਤੋਂ ਬਾਅਦ ਫਿਰ ਬਦਲ ਕੇ ਦੇਖ ਲੇ ਹੁਣ ਫਿਰ ਬਦਲ ਕੇ ਦੇਖ ਲੇ ਤੇ ਏਡੀ ਵੀ ਕੋ ਗੱਲ ਨਹੀਂ ਹੈਗੀ ਕਿ ਉਹ ਵੱਜੇ ਆ ਕਿ ਹਾਂ ਹੁਣ ਉਹਨੇ ਬਦਲ ਲੈਨੇ ਬਦਲ ਨਹੀਂ ਸਕਦੇ ਹਾਂ ਇਹ ਮੇਰਾ ਖਿਆਲ ਉਹਨੇ ਦੇਖਣਾ ਕਿ ਵੀ ਆਪਾਂ ਜੋ ਕਿਹਾ ਸੀ ਕਿ ਉਸ ਚੀਜ਼ ਨੂੰ ਹਾਸਲ ਕਰਨਾ ਉਸ ਚੀਜ਼ ਨੂੰ ਹਾਸਲ ਕਰਨਾ ਕਿ ਨਹੀਂ ਕਰਨਾ ਬਾਕੀ ਜੇ ਹੋ ਜੂਏ ਤੇ ਚੰਗੀ ਗੱਲ ਆ ਆਪਾਂ ਸ਼ਾਬਾਸ਼ ਦੇਵਾਂਗੇ ਆਪਾਂ ਇਹ ਕਹਾਂਗੇ ਵੀ ਬਹੁਤ ਵਧੀਆ ਜੇ ਨਹੀਂ ਹੋਊਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਲੋਕਾਂ ਦੇ ਪਦੇ ਵੀ ਲੈਂਡ 'ਚ ਲੱਗਣਾ ਨੌ ਤੇ ਸਾਈ ਲਵਾਉਣੀ ਹੈ ਅੰਦਰ ਜਾ ਕੇ ਮਸ਼ੀਨ ਤੇ ਟੀ ਕਰਾਉਣੀ ਹੈ ਬਾਹਰ ਟੀਂਡਿੰਗ ਹੀ ਹੋਦੀ ਹੋ ਜਾਂਦੀ ਹੈ ਸੰਧਾਲੀਆ ਸਾਹਿਬ ਸਮੇਂ ਦੀ ਸਮਾਪਤੀ ਹੈ ਜੀ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਸ਼ੁਕਰੀਆ ਬਾਦ ਸਾਹਿਬ ਬੜਾ ਧੰਨਵਾਦ ਮਾਰ ਰਿਹਾ ਤੁਸੀਂ ਸਾਨੂੰ ਨਾਲ ਜੋੜਿਆ ਸਾਡਾ ਹਾਲ ਚਾਲ ਪੁੱਛਿਆ ਪਰ ਇਨਾ ਜ਼ਰੂਰ ਮੈਂ ਬੇਨਤੀ ਕਰ ਦਿਆਂ ਕਿ ਵੀ ਆ ਜਿਹੜਾ ਪਟਾਕਿਆਂ ਵਾਲਾ ਕੰਮ ਹੈ ਜੇ ਬਚ ਜਾਵਾਂਗੇ ਤੇ ਆਪਾਂ ਨੂੰ ਵੀ ਸਾਥ ਥੋੜਾ ਜਿਹਾ ਸੌਖਾ ਆ ਜਾਊਗਾ ਤੇ ਜਿਹੜੇ ਬਾਹਰ ਬੈਠੇ ਹਨ ਮੈਂ ਬੇਨਤੀ ਕਰਦਾ ਕਿ ਜੇ ਬਚ ਜਾਓਗੇ ਇਹ ਫਿਰ ਆਪਾਂ ਨੂੰ ਬਾਹ ਚੱਖਾਂ ਚ ਕਸ ਹੁੰਦੇ ਕਿ ਨਹੀਂ ਰੋਣਾ ਪਊਗਾ ਯਾਰ ਕੁਛ ਵੀ ਨਹੀਂ ਮੈਂ ਤੇ ਇੱਕੋ ਹੀ ਪਟਾਕਾ ਚਲਾਇਆ ਸੀ ਤੇ ਮੈਂ ਹੀ ਫੜਿਆ ਗਿਆ ਕਿਤੋਂ ਬਚਿਓ ਬਸ ਜ਼ਰੂਰੀ ਹੈ ਜੀ ਸੰਧਾਲੀਆ ਸਾਹਿਬ ਤੇ ਅਸੀਂ ਉਮੀਦ ਕਰਦੇ ਹਾਂ ਕੈਮਰਿਆਂ ਕੁਮਰਿਆਂ ਦੇ ਵਿੱਚ ਆ ਜਾਂਦੇ ਹੁੰਦੇ ਆ ਚਿਹਰੇ ਜੇ ਕਿਸੇ ਨੂੰ ਐਂ ਲੱਗਦਾ ਕਿ ਭਾਈ ਮੇਰੇ ਤੋਂ ਚੁਸਤ ਕੋਈ ਨਹੀਂ ਮੈਂ ਤਾਂ ਚਲਾ ਲੈਣੇ ਆ ਪਟਾਕੇ ਮੈਂ ਬਚ ਜਾਣਾ ਅਸੀਂ ਅੱਗੇ ਖੜਾ ਕਦੇ ਫੜ ਹੋਏ ਆ ਉਸ ਭਲੇਖੇ ਚੋਂ ਬਾਹਰ ਆਈਏ ਜ਼ਮੀਨੀ ਹਕੀਕਤਾਂ ਦੇ ਨਾਲ ਮੱਥਾ ਲਾਈਏ ਟੱਕਰਾ ਕਰੀਏ ਉਹਨਾਂ ਦਾ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਸੋ ਤੁਹਾਡੀ ਕੋਈ ਟਿੱਪਣੀ ਹੋਵੇ ਕੋਈ ਸੁਝਾਅ ਹੋਵੇ ਤੁਸੀਂ ਬੇਝਿਜਕ ਲਿਖ ਸਕਦੇ ਹੋ ਲਾਈਕ ਕਰਨਾ ਹੋਵੇ ਤਾਂ ਲਾਈਕ ਦਾ ਬਟਨ ਥੱਲੇ ਹੈਗਾ ਉੱਤੇ ਕਲਿੱਕ ਕਰ ਦਿਓ ਤੇ ਹੁਣ ਗੁਰਪ੍ਰੀਤ ਸਿੰਘ ਸੰਧਾਲੀਆ ਤੇ ਮੈਨੂੰ ਪਰਮਜੀਤ ਸਿੰਘ ਪਾਰਟ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ